वेलकम टू दिस स्पेशल एपिसोड ऑफ द हरप्रीत सिंह शो आई एम योर होस्ट हरप्रीत सिंह फ्रॉम सरी ब्रिटिश कोलंबिया कनाडा प्रोग्राम दे सेकंडरी चार्ज देस तुम्हारी मुलाकात करावेंगे डॉक्टर गुलजार सिंह चीमा नाल जड़े ਸਾਡੇ ਮਹਿਮਾਨ ਨੇ ਇੰਟਰਕਲਚਰਲ ਨੈਟਵਰਕ ਪ੍ਰੋਗਰਾਮ ਚ ਚਲਾਇਆ ਜਾਂਦਾ ਹੈ ਡਿਪਾਰਟਮੈਂਟ ਆਫ ਮੈਡੀਸਨ ਯੂਵੀਸੀ ਬਲੋਂ ਹਰ ਸਾਲ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਵਾਸਤੇ ਕੁਝ ਪ੍ਰੋਗਰਾਮ ਲੈ ਕੇ ਆਂਦੇ ਨੇ ਤੇ ਇਸ ਸਾਲ ਵੀ 26 ਅਤੇ 27 ਮਾਰਚ ਨੂੰ ਦੋ ਪ੍ਰੋਗਰਾਮਸ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ ਕੇ ਫੋਕਸ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ ਅਸੀਂ ਸਟ੍ਰੋਕਸ ਤੋਂ ਬਚਣਾ ਹੈ ਪ੍ਰੀਵੈਂਸ਼ਨ ਅਤੇ ਮੈਨੇਜਮੈਂਟ ਦੇ ਤੇ ਫੋਕਸ ਹੋਏਗਾ ਇਸੇ ਸੰਬੰਧ ਵਿੱਚ ਆਪ ਵਿਸਤਾਰ ਵਿੱਚ ਗੱਲਬਾਤ ਕਰਨਗੇ ਡਾਕਟਰ ਗੁਲਜ਼ਾਰ ਸਿੰਘ ਜੀ ਡਾਕਟਰ ਸਾਹਿਬ ਜੀ ਐਨ ਵੈਲਕਮ ਟੂ ਦਾ ਪ੍ਰੋਗਰਾਮ ਹਾਂਜੀ ਸਭ ਤੋਂ ਪਹਿਲਾਂ ਹਰਪ੍ਰੀਤ ਆਮ ਸੋ ਹੈਪੀ ਟੂ ਬੀ ਹੇਅਰ ਐਂਡ ਐਕਚੁਅਲੀ ਆਮ ਸੋ ਗ੍ਰੇਟਫੁਲ ਦੈਟ ਯੂ ਆਰ ਪਾਰਟ ਆਫ ਥਿਸ ਪ੍ਰੋਗਰਾਮ ਖੁਰੂਦ ਜਦੋਂ ਦੀ ਤੁਹਾਡੀ ਤੁਹਾਡੀ ਸਾਡੀ ਮੁਲਾਕਾਤ ਹੋਈ ਹੈ ਤੁਸੀਂ ਇਹ ਪ੍ਰੋਗਰਾਮ ਚ ਪਾਰਟਿਸਿਪੇਟ ਕੀਤਾ ਮੈਂ ਇੱਕ ਦੋ ਮਿੰਟ ਪ੍ਰੋਗਰਾਮ ਬਾਰੇ ਦੱਸਾਂ ਕਿ ਜਿਹੜਾ ਇੰਟਰਕਲਚਰਲ ਆਨਲਾਈਨ ਸਾਡਾ ਪ੍ਰੋਗਰਾਮ ਹੈ ਯੂਬੀਸੀ ਦੇ ਵਿੱਚ ਸਾਡੇ ਡਾਕਟਰ ਕੈਂਡਲ ਹੋ ਉਹ ਓਵਰਆਲ ਲੀਡ ਨੇ ਇਸ ਕੰਮ ਦੇ ਵਿੱਚ ਜੀ ਤਿੰਨ ਇਹਦੇ ਪਾਰਟ ਨੇ ਇੱਕ ਹੈਗਾ ਨੇਟਿਵ ਸੌਰੀ ਅਬਰੀਜਨਲ ਕਮਿਊਨਿਟੀ ਵਾਸਤੇ ਇੱਕ ਹੈਗਾ ਚਾਈਨੀਜ਼ ਕਮਿਊਨਿਟੀ ਵਾਸਤੇ ਇੱਕ ਹੈਗਾ ਪੰਜਾਬੀ ਕਮਿਊਨਿਟੀ ਵਾਸਤੇ ਪੰਜਾਬੀ ਕਮਿਊਨਿਟੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਮੈਂ ਤਕਰੀਬਨ 12 10 12 ਸਾਲ ਤੋਂ ਇਨਵੋਲਵ ਹਾਂ ਮੈਂ ਐਜ਼ ਅ ਵੋਲੰਟੀਅਰ ਕੰਮ ਕਰਨਾ ਸੋ ਬਾਕੀ ਜਿਹੜਾ ਇਹ ਪ੍ਰੋਗਰਾਮ ਹੈ ਫੰਡਡ ਬਾਈ ਦਾ ਪ੍ਰੋਵਿੰਸ ਜਿਹੜੀ ਵੀ ਸਰਕਾਰ ਆਉਂਦੀ ਹੈ ਕਿਸੇ ਵੀ ਰੰਗ ਦੀ ਸਰਕਾਰ ਆਉਂਦੀ ਹੈ ਉਹ ਉਹ ਹੈ ਇਸ ਹਮੇਸ਼ਾ ਇਸ ਪ੍ਰੋਗਰਾਮ ਨੂੰ ਫੰਡ ਕਰਦੀ ਹੈ ਕਿਉਂਕਿ ਇਹ ਕਮਿਊਨਿਟੀ ਆਊਟਰੀਚ ਦਾ ਪ੍ਰੋਗਰਾਮ ਹੈ ਤੇ ਇਹਦੇ ਵਿੱਚ ਅਸੀਂ ਪਿਛਲੇ 10 ਸਾਲਾਂ ਵਿੱਚ ਮੇਰੇ ਖਿਆਲ ਚ ਕੋਈ ਮੈਂ ਕਹਿ ਨਹੀਂ ਸਕਦਾ ਐਗਜ਼ੈਕਟ ਘੰਟੇ ਬਟ ਨੰਬਰ ਆਫ ਆਵਰਸ ਜਿਹੜੇ ਨਾ ਅਸੀਂ ਰਿਕਾਰਡ ਕੀਤੇ ਨੇ ਪੰਜਾਬੀ ਦੇ ਵਿੱਚ ਕੋਈ ਵੀ ਜਾ ਕੇ ਕਿਸੇ ਵੀ ਡਿਜ਼ੀਜ਼ ਬਾਰੇ ਕੋਈ ਡਾਇਬੀਟਿਸ ਦੀ ਪ੍ਰੋਬਲਮ ਹੈ ਕਿਡਨੀਜ਼ ਦੀ ਕੋਈ ਕੋਈ ਵੀ ਜਿਹੜੇ ਮੇਜਰ ਇਸ਼ੂ ਨੇ ਕ੍ਰੋਨਿਕ ਡਿਜ਼ੀਜ਼ ਮੈਨੇਜਮੈਂਟ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਸੀਂ ਵਾਚ ਕਰ ਸਕਦੇ ਆ ਸੋ ਇਸ ਵਾਰੀ ਜਿਹੜਾ ਇਹ ਫੈਸਲਾ ਕੀਤਾ ਗਿਆ ਕਿ ਡਾਕਟਰ ਇਸ ਪਰ ਇਸ ਪਰ ਆਈਏ ਕਿਉਂਕਿ 12 ਸਾਲ ਹੋ ਗਏ ਤੁਹਾਨੂੰ ਇਸ ਸੰਸਥਾ ਨਾਲ ਜੁੜੇ ਹੋਏ ਐਂਡ ਆਫ ਕੌਰਸ ਜਿਹੜਾ ਪ੍ਰੋਵੈਂਸ਼ਨ ਤੇ ਫੋਕਸ ਕੀਤਾ ਜਾ ਰਿਹਾ ਐਂਡ ਆਫ ਕੌਰਸ ਪੈਂਡੈਮਿਕ ਤੋਂ ਬਾਅਦ ਇਹ ஆன்ਲਾਈਨ ਹੋਏ ਉਸ ਤੋਂ ਪਹਿਲਾਂ ਤਾਂ ਇਹ ਤੁਸੀਂ ਬੈਂਕਟ ਹਾਲਸ ਵਿੱਚ ਕਰਦੇ ਸੀ ਜਿੱਥੇ ਖਵਾਂਦੇ ਪੈਂਦੇ ਸੀ ਸਾਰਿਆਂ ਨੂੰ ਤੁਸੀਂ ਟਾਪ ਡਾਕਟਰਸ ਨੂੰ ਬੁਲਾ ਕੇ ਇੰਟਰੈਕਸ਼ਨ ਕਰਾਉਂਦੇ ਸੀ ਸਵਾਲ ਜਵਾਬ ਵੀ ਕਰਾਉਂਦੇ ਸੀ ਐਜ਼ ਅ ਫਿਜ਼ੀਸ਼ੀਅਨ ਤੁਹਾਡਾ ਬੜਾ ਸਾਊਥ ਏਸ਼ੀਅਨ ਪਾਇਚਾਰੇ ਵਿੱਚ ਪਕੜ ਹੈਗੀ ਹੈ ਵਾਟ ਯੂ ਫੀਲ ਜਿਹੜੇ ਇਹੋ ਜਿਹੇ ਪ੍ਰੋਗਰਾਮਸ ਨੇ ਜਿੱਥੇ ਲਾਈਫਸਟਾਈਲ ਚੇਂਜਸ ਉੱਤੇ ਮੈਨੇਜਮੈਂਟ ਦੇ ਉੱਤੇ ਗੱਲ ਹੁੰਦੀ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਕਿਹਾ ਜਾਂਦਾ ਹੈ ਹਾਊ 杜 ਯੂ ਫੀਲ ਐਜ਼ ਅ ਫਿਜ਼ੀਸ਼ੀਅਨ ਥਿਸ ਇਜ਼ ਹੈਲਪਿੰਗ ਦ ਕਮਿਊਨਿਟੀ ਦੇਖੋ ਇਹ ਜ ਜਿਹੜਾ ਪ੍ਰिवेंशन ਦਾ ਪ੍ਰੋਗਰਾਮ ਹੈ ਨਾ ਇਸ ਤੋਂ ਚੰਗੀ ਗੱਲ ਕੋਈ ਨਹੀਂ ਹੋ ਸਕਦੀ ਦੇਖੋ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਮੇਜਰ ਆ ਗਈ ਉਹਦੇ ਵਾਸਤੇ ਜੇ ਮੈਨੇਜਮੈਂਟ ਉਹ ਤੁਸੀਂ ਉਸ ਡਿਜ਼ੀਜ਼ ਨੂੰ ਮੈਨੇਜਮੈਂਟ ਕਰਦੇ ਪਿਓ ਪਰ ਜਿਹੜੀ ਪ੍ਰिवेंशन ਨੇ ਉਹ ਕੀ ਪਾਰਟ ਹੈ ਕਿਉਂਕਿ ਜਿਹੜਾ ਸਾਡੀ ਸਭਿਤਾ ਸਾਡਾ ਜਿਹੜਾ ਕਲਚਰ ਹੈ ਪ੍ਰिवेंशन ਦੇ ਨਾਲ ਬੜੀ ਜੁੜੀ ਹੈ ਹਜ਼ਾਰਾਂ ਸਾਲਾਂ ਤੋਂ ਜਿਹੜੇ ਸਾਡੇ ਲੋਕ ਸੀ ਪਹਿਲਾਂ ਮੈਡੀਸਨ ਤੇ ਨਹੀਂ ਸਹਖਾਂਦੇ ਉਹਨਾਂ ਨੇ ਪਹਿਲਾਂ ਐਕਸਰਸਾਈਜ਼ ਕਰਨੀ ਉਹਨੇ ਆਪਣੀ ਡਾਈਟ ਤੇ ਧਿਆਨ ਰੱਖਣਾ ਆਪਣੇ ਆਪ ਨੂੰ ਸਾਰਾ ਵਾਚ ਕਰਦੇ ਸੀ ਕਈ ਤਰ੍ਹਾਂ ਦੇ ਜਿਹੜੇ ਤਰੀਕੇ ਸੀ ਉਸ ਮੈਡੀਸਨ ਦੇ ਜਿਹੜੀ ਆ ਜਿਹੜੀ ਵੈਸਟ ਅਨ ਮੈਡੀਸਨ ਤੋਂ ਉੱਠ ਕੇ ਉਪਰੋ ਇਲਾਜ ਕਰਦੇ ਸੀ ਆਪਣਾ ਜੜੀਆਂ ਬੂਟੀਆਂ ਨਾਲ ਇਲਾਜ ਕਰਨਾ ਜਿਸ ਤਾ ਹੋਮਿਓਪੈਥਿਕ ਹੋਗੀ ਜਾਂ ਆਯੁਰਵੈਦਿਕ ਮੈਡੀਕੇਸ਼ਨ ਸਾਰੀਆਂ ਨਾਲ ਸਾਰੀਆਂ ਤਰੀਕਿਆਂ ਨਾਲ ਹੁੰਦਾ ਸੀ ਪਰ ਜਿਹੜਾ ਅਲਟੀਮੇਟਲੀ ਜਿਹੜਾ ਸਾਡਾ ਪ੍ਰੋਗਰਾਮ ਦਾ ਇਹ ਇਹਦਾ ਜਿਹੜਾ ਮੋਟਿਵ ਹੈ ਪੂਰਾ ਜਾਂ ਇਹਦਾ ਜਿਹੜਾ ਮੇਨ ਜਿਹੜਾ ਥੀਮ ਹੈ ਪ੍ਰੋਵੈਂਸ਼ਨ ਵਾਸਤੇ ਤੇ ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ ਕਿਉਂਕਿ ਇਨਫੋਰਮੇਸ਼ਨ ਜਿਹੜੀ ਕਨਵਰਸੇਸ਼ਨ ਹੈ ਉਹੀ ਪਾਵਰ ਹੈ ਜਿਹੜੀ ਕਨਵਰਸੇਸ਼ਨ ਤੋਂ ਬਿਨਾ ਗੱਲ ਨਹੀਂ ਬਣੀ ਤੇ ਦੋ ਸਾਲਾਂ ਦੇ ਵਿੱਚ ਜਿਹੜੀ ਕਨਵਰਸੇਸ਼ਨ ਬਿਲਕੁਲ ਚਲੀ ਗਈ ਜ਼ੀਰੋ ਤੇ ਇਹ ਜਿਹੜੀ ਹੈ ਨਾ ਪੈਂਡੈਮਿਕ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪਸ ਤੇ ਇਨਾ ਅਸਰ ਪਿਆ ਇਹ ਰਿਲੇਸ਼ਨਸ਼ਿਪ ਜਿਹੜਾ ਤੁਹਾਡੇ ਡਾਕਟਰ ਨਾਲ ਹੈ ਤੁਹਾਡੇ ਕਿਸੇ ਸਪੈਸ਼ਲਿਸਟ ਨਾਲ ਹੈ ਜਾਂ ਤੁਸੀਂ ਕਮਿਊਨਿਟੀ ਵਿੱਚ ਕੰਮ ਕਰਦੇ ਹੋ ਤੁਸੀਂ ਆਪਣਾ ਐਜ਼ ਅ ਐਜ਼ ਅ ਬਿਜ਼ਨਸਮੈਨ ਕੰਮ ਕਰਦੇ ਪਿਓ ਐਜ਼ ਅ ਹੋਸਟ ਕੰਮ ਕਰਦੇ ਪਿਓ ਕਨਵਰਸੇਸ਼ਨ ਜਿਹੜੀ ਸਾਰੀ ਮਿਸਿੰਗ ਹੈ ਉਹਦਾ ਮੈਂਟਲ ਹੈਲਥ ਇਸ਼ੂਸ ਤੇ ਵੀ ਬੜਾ ਅਸਰ ਪਿਆ ਪਰ ਜਿਹੜਾ ਕਿਉਂਕਿ ਇਸ ਟਾਈਮ ਦੇ ਵਿੱਚ ਜਿਹੜਾ ਨਾ ਇਹ ਲੋਕਾਂ ਨੂੰ ਪੂਰੀ ਤਰ੍ਹਾਂ ਜਿਹੜਾ ਫਿਜ਼ੀਕਲੀ ਤਾਂ ਆਪਾਂ ਵੇਖ ਨਹੀਂ ਸਕਦੇ ਸੋ ਜਿੰਨੇ ਵੀ ਇਹ ਆਨਲਾਈਨ ਹੋਣਾ ਪ੍ਰੋਗਰਾਮ ਪਰ ਡਿਫਰੈਂਟ ਇਹਦੇ ਪ੍ਰੋਗਰਾਮ ਵਿੱਚ ਸਪੈਸ਼ਲਿਸਟ ਇਨਵੋਲਵ ਨੇ ਇਹ ਜਿਹੜਾ ਅਸੀਂ ਇਸ ਤਰ੍ਹਾਂ ਕਰੀਦਾ ਕਿ ਜਿਹੜੇ ਵੀ ਅਵੇਲੇਬਲ ਨੇ ਜਿਨ੍ਹਾਂ ਨੇ ਆਪਣਾ ਟਾਈਮ ਡੋਨੇਟ ਕਰਨਾ ਕਿਉਂਕਿ ਸਾਰਿਆਂ ਨੇ ਟਾਈਮ ਡੋਨੇਟ ਕਰਨਾ ਸੋ ਇਨਫੋਰਮੇਸ਼ਨ ਜਿਹੜੀ ਪੰਜਾਬੀ ਬੋਲੀ ਵਿੱਚ ਅਸੀਂ ਪ੍ਰੋਵਾਈਡ ਕਰਨੇ ਆ ਕਿਉਂਕਿ ਜਿਹੜੀ ਬੀਸੀ ਦੀ ਪਾਪੂਲੇਸ਼ਨ ਵਿੱਚ ਜਿਹੜੀ ਪੰਜਾਬੀ ਬੋਲੀ ਇੱਕ ਬੜੇ ਉੱਪਰ ਕੇ ਬੜੀ ਉੱਪਰ ਆ ਰਹੀ ਹੈ ਤੇ ਨਾਲ ਹਿੰਦੀ ਦੇ ਵਿੱਚ ਵੀ ਕਦੀ-ਕਦੀ ਕੰਮ ਕਰਦੀ ਹੈ ਦਾ ਨਾਲ ਕਿਉਂਕਿ ਜਿਹੜੇ ਇਸ ਜਿਹੜੀ ਇਹ ਜਿਹੜਾ ਸਾਡਾ ਪ੍ਰੋਗਰਾਮ ਇਹਦੇ ਵਿੱਚ ਕਮਿਊਨਿਟੀ ਪਾਰਟਨਰ ਸਾਡੇ ਕੋਲ ਬਹੁਤ ਨੇ ਉਸ ਵਿੱਚ ਵੀ ਕੋਈ ਜਿਸ ਤਰ੍ਹਾਂ ਗੁਰੂ ਘਰ ਹੋਏ ਆਪਣੇ ਮੰਦਿਰ ਦੇ ਜਿਹੜੀ ਮੈਨੇਜਮੈਂਟ ਪੂਰੀ ਇਨਵੋਲਵ ਹੈ ਮਿਸਟਰ ਉਧਰੋਂ ਆਪਣਾ ਸੀਨੀਅਰ ਸੈਂਟਰ ਦੋਨੋਂ ਇਨਵੋਲਵ ਨੇ ਸੋ ਅਸੀਂ ਸਾਰਿਆਂ ਨੂੰ ਟਰਾਈ ਕੀਤਾ ਵੀ ਤੁਸੀਂ ਆਰ देयर పార్ਟ ਆਫ ਦੀ ਪ੍ਰੋਗਰਾਮ ਸੋ ਜਿਹੜੀ ਕਨਵਰਸੇਸ਼ਨ ਹੈ ਤਾਂ ਹੀ ਹੋ ਸਕਦੀ ਹੈ ਵੀ ਜਿਹੜੇ ਲੋਕਾਂ ਦਾ ਇੰਟਰਸਟ ਹੈਗਾ ਜਾ ਕੇ ਤੇ ਖਾਣਾ ਪੂਰਤੀ ਨਹੀਂ ਕਰ ਸਕਦੇ ਕਿਉਂਕਿ ਇਹਦੇ ਸਪੈਸਿਫਿਕ ਆਬਜੈਕਟਿਵ ਨੇ ਜਿਹੜੀ ਪ੍ਰੋਵਿੰਸ ਉਹਨੇ ਵੇਖਣਾ ਵੀ ਜਿਹੜੇ ਆ ਸਾਡੇ ਏਮਸ ਐ ਆਬਜੈਕਟਿਵ ਨੇ ਇਹ ਪੂਰੇ ਹੋਏ ਕਿ ਨਹੀਂ ਹੋਏ ਸੋ ਇਹ ਪ੍ਰੋਗਰਾਮ ਦੇ ਵਿੱਚ ਆਪਣੇ ਡਾਕਟਰ ਜੈਨ ਉਹਨਾਂ ਦੀ ਮਿਸਿਸ ਨੇ ਡਾਕਟਰ ਲੀਨਾ ਜੈਨ ਆਪਣੇ ਡਾਕਟਰ ਚਾਲ ਜਿਹੜੇ ਕਿ ਨਿਊਰੋਲੋਜਿਸਟ ਨੇ ਉਹ ਪਾਰਟਿਸਿਪੇਟ ਕਰਨਗੇ ਸਾਡੇ ਕੋਲ ਡਾਈਟੀਸ਼ਨ ਨੇ ਪ੍ਰੀਤੀ ਸੋਰੀ ਉਹ ਸਾਡੇ ਕੋਲ ਬਹੁਤ ਦੇਰ ਤੋਂ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ ਡਾਕਟਰ ਕੈਂਡਲ ਹੋ ਨੇ ਇਸ ਤੋਂ ਇਲਾਵਾ ਇਰੇ ਕੇਰਗੇ ਵਰਦੇ ਜਿਹੜੇ ਨੇ ਰੈਪ੍ਰੈਜ਼ੈਂਟੇਟਿਵਸ ਉਹਨਾਂ ਵੀ ਪਾਰਟਿਸਿਪੇਟ ਕਰਨਾ ਹੈ ਮਿਨਿਸਟਰੀ ਆਫ ਹੈਲਥ ਤੇ ਫੰਡ ਕਰਦੀ ਉਹਨਾਂ ਤੇ ਆਉਣੇ ਆਉਣੇ ਇਸ ਤੋਂ ਇਲਾਵਾ ਜਿਹੜੇ ਲੋਕਲ ਜਿਹੜੇ ਐਮ ਐਲ ਏ ਜਨਰਲ ਇੰਟਰਸਟ ਹੈਗਾ ਉਹ ਵੀ ਆਉਂਦੇ ਨੇ ਇਸ ਤੋਂ ਇਲਾਵਾ ਜਿਹੜੇ ਜਿਹੜੀ ਫੈਡਰਲ ਗਵਰਨਮੈਂਟ ਦੇ ਰੈਪ੍ਰੈਜ਼ੈਂਟੇਟਿਵਸ ਹੁੰਦੇ ਨੇ ਕਿਉਂਕਿ ਸਾਰੇ ਸਿੱਖਦੇ ਨੇ ਕੋਈ ਵੀ ਜਿਹੜਾ ਉੱਥੇ ਹੁੰਦਾ ਕੋਈ ਨਾ ਕੋਰ ਲਰਨ ਕਰਦਾ ਅਸੀਂ ਹਜ਼ਾਰਾਂ ਲੋਕਾਂ ਤੱਕ ਇਹ ਪਹੁੰਚ ਚੁੱਕੇ ਹਾਂ ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਵੀ ਕਿੰਨੇ ਕੋ ਸਾਡੀਆਂ ਹਿੱਟਸ ਨੇ ਬੱਦਰ ਦਿਸ ਪ੍ਰੋਗਰਾਮ ਇਜ਼ ਵੈਰੀ ਪਪੂ ਜਦ ਇਹ ਨਾ ਪਾਪੂਲਰ ਹੋਏ ਤੇ ਪ੍ਰੋਮਿਸ ਨੇ ਕਿਹਾ ਵੀ ਸასი ਘਾਲ ਤੁਹਾਨੂੰ ਬੁਲਾਣੇ ਆ ਤੇ ਬੈਠੋ ਘਰ 12 ਸਾਲ ਹੋ ਗਏ ਨੇ ਜੇ ਤੁਸੀਂ 5 ਸਾਲਾਂ ਚ ਕੋਈ ਨਹੀਂ ਲੋਕਾਂ ਨੂੰ ਸਿਖਾਇਆ 10 ਇੰਚ ਕੀ ਸਿਖਾਣਾ ਪਰ ਆਈ ਥਿੰਕ ਦਿਸ ਇਜ਼ অন ਗoing ਪ੍ਰੋਸੈਸ ਬਟ ਇਹਦੇ ਚ ਇੱਕ ਗੱਲ ਆਂਦੀ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਇਸ ਵਾਰ ਇਹ 27 ਅਤੇ 26 ਤੇ 27 ਮਾਰਚ ਨੂੰ ਹੋਣ ਜਾ ਰਿਹਾ ਹੈ ਪ੍ਰੋਗਰਾਮ ਤੇ ਇਸ ਵਾਰ ਤੁਹਾਡਾ ਫੋਕਸ ਹੈ ਟੇਕ ਚਾਰਜ ਆਫ ਯਰ ਹੈਲਥ ਪ੍ਰੋਵੈਂਟਿੰਗ ਐਂਡ ਮੈਨੇਜਿੰਗ ਸਟ੍ਰੋਕ ਇਸ ਸੰਬੰਧ ਵਿੱਚ ਇੱਕ ਛੋਟੀ ਜੀ ਬ੍ਰੇਕ ਲੈਣੇ ਜੀ ਵਾਪਸ ਆਣੇ ਤੇ ਉਸ ਤੋਂ ਬਾਅਦ ਇਥੋਂ ਅਸੀਂ ਕੰਟੀਨਿਊ ਕਰਦੇ ਹਾਂ ਤੁਹਾਡੇ ਕਿ ਕਿ ਸਟਰੀਕਨਲ ਇਹ ਪ੍ਰੋਗਰਾਮ ਦੇ ਵਿੱਚ ਕੀ ਕੁਝ ਤੁਸੀਂ ਡਿਸਕਸ ਕਰਨ ਜਾ ਰਹੇ ਹੋ ਕਿਉਂ ਇੰਪੋਰਟੈਂਸ ਹੈ ਸਟ੍ਰੋਕ ਦੇ ਬਾਰੇ ਕਿਉਂ ਇਸ ਵਾਰ ਫੋਕਸ ਕੀਤਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਜਿਹੜੇ ਪਹਿਲਾਂ ਪ੍ਰੋਗਰਾਮਸ ਹੋਏ ਉਹਦੇ ਚ ਡਾਇਬੀਟੀਜ਼ ਲਾਈਫਸਟਾਈਲ ਚੇਂजेस ਹੋਰ ਕ੍ਰੋਨਿਕ ਡਿਜ਼ੀਜ਼ਸ ਇਹਨਾਂ ਸਾਰਿਆਂ ਨੂੰ ਟੱਚ ਕੀਤਾ ਗਿਆ ਸੋ ਦਿਸ ਟਾਈਮ ਵਾਈ ਸਟ੍ਰੋਕ ਹੈਜ਼ ਬੀਨ ਚੋਸਨ ਐਂਡ ਇਹ ਕੀ ਬੈਨੀਫਿਟਸ ਨੇ ਕੁਝ ਬਲਦਕ ਵਾਪਸ ਆ ਰਹੇ ਸੇ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅਸ ਥਿਸ ਪ੍ਰੋਗਰਾਮ ਵਿੱਚ ਡਾਕਟਰ ਗੁਜਾਰ ਸਿੰਘ ਚੀਮਾ ਸਾਡੇ ਮਹਿਮਾਨ ਨੇ ਆਈਕੋਨ ਵਾਲਾ ਜੋ ਹੈ ਪ੍ਰੋਜੈਕਟ ਹੈਗਾ ਹਰ ਸਾਲ ਕੀਤਾ ਜਾਂਦਾ ਹੈ ਸੈਮੀਨਾਰ ਸੰਧਰੇ ਤੇ ਡਾਕਟਰ ਸਾਹਿਬ ਪਿਛਲੇ 12 ਸਾਲਾਂ ਤੋਂ ਵੌਲੰਟੀਅਰ ਵਜੋਂ ਸਾਊਥ ਏਸ਼ੀਆਨ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਸ ਨੂੰ ਲੀਡ ਕਰਦੇ ਨੇ ਤੇ ਉਸ ਦੇ ਵਿੱਚ ਵੱਖਰੇ ਵੱਖਰੇ ਰਿਪਰੈਜ਼ੈਂਟੇਟਿਵਸ ਡਾਕਟਰਸ ਆ ਕੇ ਮੈਡੀਕਲ ਪ੍ਰੋਫੈਸ਼ਨਲਸ ਆਪਣੀ ਵਿਜ਼ਡਮ ਸ਼ੇਅਰ ਕਰਦੇ ਨੇ ਇਸ ਸਾਲ ਦਾ ਫੋਕਸ ਹੈਗਾ ਕਿ ਜੋ ਸਟ੍ਰੋਕ ਹੈ ਉਸ ਨੂੰ ਕਿਵੇਂ ਪ੍ਰੀਵੈਂਟ ਕੀਤਾ ਜਾਏ ਤੇ ਮੈਨੇਜ ਕੀਤਾ ਜਾਏ ਸੋ ਡਾਕਟਰ ਸਾਹਿਬ ਸਟ੍ਰੋਕ ਤੁਸੀਂ ਤਾਂ ਰੋਜ਼ ਮਰੀਜ਼ ਦੇਖਦੇ ਹੋ ਸਟ੍ਰੋਕ ਹੋਣ ਦੇ ਕੀ ਕਾਰਨ ਨੇ ਔਰ ਦੇ ਇਸ ਤੁਸੀਂ ਕੀ ਦੇਖ ਰਹੇ ਕਮਿਊਨਿਟੀਜ਼ ਕੀ ਚੱਲ ਰਹੀ ਹੈ ਦੇਖੋ ਸਾਡਾ ਇਹ ਜ ਜਾ ਜਿਨਾਂ ਨੂੰ ਕੋਈ ਸਪੋਸ ਵੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ weight ਦੀ ਪ੍ਰੋਬਲਮ ਹੈ ਫੈਮਿਲੀ ਹਿਸਟਰੀ ਸਟ੍ਰੋਕ ਦੀ ਹੈਗੀ ਉਹਨਾਂ ਨੂੰ ਡਾਇਬੀਟਿਸ ਦੇ ਇਸ਼ੂ ਨੇ ਜਾਂ ਉਹਨਾਂ ਨੂੰ ਪਹਿਲਾਂ ਟ੍ਰਾਂਜ਼ੀਐਂਟ ਸਕੀਮਿੰਗ ਅਟੈਕ ਹੋ ਚੁੱਕਾ ਛੋਟਾ ਸਟ੍ਰੋਕ ਹੋ ਚੁੱਕਾ ਹੈ ਜਾਂ ਉਹਨਾਂ ਨੂੰ ਕੋਈ ਸਟ੍ਰੈਸ ਲੈਵਲ ਬੜਾ ਇਸ ਟਾਈਮ ਦੇ ਵਿੱਚ ਖਾਸ ਕਰਕੇ ਸਟ੍ਰੈਸ ਲੈਵਲ ਵੀ ਬੜਾ ਬੜਾ ਮੇਜਰ ਕੰਟ੍ਰਿਬਿਊਟਰ ਹੈ ਪਰ ਦੇਖਿਆ ਗਿਆ ਕਿ ਕਿਉਂਕਿ ਜੇਟ ਸਟ੍ਰੋਕ ਹੈ ਨਾ ਇਹਨੂੰ ਇਹਦੀ ਜਿਹੜੀਆਂ ਜਿੰਨੀ ਦੇਰ ਤੱਕ ਅਸੀਂ ਕ੍ਰੋਨਿਕ ਡਿਜ਼ੀਜ਼ਸ ਮੈਨੇਜ ਨਹੀਂ ਕਰਦੇ ਉਹਨੀ ਦੇਰ ਤੱਕ ਇਹ ਪ੍ਰੋਬਲਮ ਠੀਕ ਨਹੀਂ ਹੋਣੀ ਸੋ ਜਿਹੜੇ ਪ੍ਰੋਗਰਾਮ ਸਾਰੇ ਕੀਤੇ ਸੀ ਇਹ ਕਿਉਂ ਚੁਣਿਆ ਗਿਆ ਪਹਿਲਾਂ ਅਸੀਂ ਡਾਇਬੀਟਿਸ ਦਾ ਕੀਤਾ ਫਿਰ ਕਿਡਨੀ ਦੇ ਇਸ਼ੂਸ ਡਿਸਕਸ ਕੀਤੇ ਹਾਈ ਬਲੱਡ ਪ੍ਰੈਸ਼ਰ ਦਾ ਕੀਤਾ ਕੋਲੇਸਟੇਰੋਲ ਨੂੰ ਮੈਨੇਜਮੈਂਟ ਕਰਨ ਬਾਰੇ ਪ੍ਰੋਗਰਾਮ ਕੀਤੇ ਮੈਂਟਲ ਹੈਲਥ ਇਸ਼ੂਸ ਦੇ ਪ੍ਰੋਗਰਾਮ ਕੀਤੇ ਸੋ ਜਿਹੜੇ ਇਹ ਜਿਹੜੀਆਂ ਪੰਜ ਛੇ ਗੱਲਾਂ ਨੇ ਸਾਰੀਆਂ ਇਹ ਐਕਚੁਅਲੀ ਜੇ ਨਹੀਂ ਕੰਟਰੋਲ ਹੁੰਦੀਆਂ ਤੇ ਸਟ੍ਰੋਕ ਵੱਲ ਜਾਂਦੀਆਂ ਸਟ੍ਰੋਕ ਦਾ ਇਸ ਕਰਕੇ ਇਸ ਇਸ ਟਾਈਮ ਤੇ ਅਸੀਂ ਫੈਸਲਾ ਕੀਤਾ ਕਿ ਲੋਕ ਨੇ 2 ਸਾਲ ਤੇ ਵੈਸੇ ਘਰ ਬੈਠੇ ਨੇ ਤੇ ਪਰੇਸ਼ਾਨੀ ਆਉਂਦੀ ਹੈ ਬਾਕੀ ਜਿਹੜਾ ਨਾ ਤਿੰਨ ਚਾਰ ਗੱਲਾਂ ਮੈਂ ਸ਼ੇਅਰ ਕਰਾਂਗਾ ਜਿਹੜੀਆਂ ਕਿ ਬਹੁਤ ਹੀ ਮੇਰੇ ਹਸਾਬ ਨਾਲ ਬੜੀਆਂ ਕ੍ਰੂਸ਼ੀਅਲ ਨੇ ਕਿਉਂਕਿ ਸਟ੍ਰੋਕ ਦਾ ਜਿਹੜਾ ਜਦੋਂ ਵੀ ਤੁਹਾਨੂੰ ਸਾਈਨ ਸਿੰਪਟਮ ਇਹਦੇ ਆਉਂਦੇ ਨੇ ਤੁਹਾਡੇ ਤੁਹਾਡੇ ਡਾਕਟਰ ਨੇ ਤੁਹਾਡੇ ਨਾਲ ਡਿਸਕਸ ਵੀ ਕੀਤਾ ਹੋਣਾ ਅਸੀਂ ਵੀ ਤੁਹਾਨੂੰ ਐਕਸਪਲੇਨ ਕਰਾਂਗੇ ਵੀ ਤੁਹਾਨੂੰ ਵੀਕਨੈਸ ਆਏ ਫੇਸ਼ੀਅਲ ਇੱਕਦਮ ਇਸ ਸਿਮੈਟਰੀ ਹੋ ਜਾਏ ਤੁਹਾਡੀ ਗੱਲ ਨਹੀਂ ਹੋ ਰਹੀ ਤੁਹਾਡੀ ਕੰਪਰੀਹੈਂਸਿਵ ਜਿਹੜੀਆਂ ਨਾ ਬੜੀ ਗਰਬੜੇ ਤੁਸੀਂ ਕਿੱਥੇ ਬੈਠੇ ਹੋ ਘਰ ਬੈਠੇ ਹੋ ਬਾਹਰ ਬੈਠੇ ਹੋ ਇਹੋ ਜੀ ਜਦੋਂ ਗੱਲ ਹੁੰਦੀ ਹੈ ਤੁਹਾਨੂੰ ਆ ਪੰਜ ਜਿਹੜੀਆਂ ਤਕਲੀਫਾਂ ਪਹਿਲਾਂ ਹੈ ਨੇ ਤੇ ਦਾ ਮਤਲਬ ਕਿ ਤੁਹਾਨੂੰ ਸਟ੍ਰੋਕ ਹੋ ਰਿਹਾ ਜਾਂ ਤੁਸੀਂ ਸੋ ਉਸ ਟਾਈਮ ਦੇ ਵਿੱਚ ਜਿਹੜਾ ਨਾ ਜਿਹੜੇ ਕੀ ਜਿਹੜਾ ਜਿਹੜਾ ਇੰਪੋਰਟੈਂਟ ਪਾਰਟ ਹੈ ਕਿ ਤੁਸੀਂ ਕਰਨਾ ਕੀ ਹੈ ਉਸ ਤੇ ਅਸੀਂ ਬੜਾ ਫੋਕਸ ਕਰਨਾ ਕਰਨਾ ਕੀ ਵੀ ਤੁਸੀਂ ਆਮ ਹੁੰਦਾ ਵੀ ਸਾਡੇ ਲੋਕਾਂ ਦਾ ਕਿ ਵਾਰੀ ਉਹਨਾਂ ਨੇ ਕਰ ਦੇਣਾ ਕਹਿਣਾ ਕੋਈ ਗੱਲ ਨਹੀਂ ਛੋਟੀ ਮੋਟੀ ਗੱਲ ਹੈ ਇੱਕ ਅੱਧੀ ਚਾ ਇੱਕ ਇੱਕ ਵਾਰੀ ਚਾਹ ਪੀ ਲਓ ਪਾਣੀ ਪੀ ਲਓ ਚਾਹ ਪੀਣਾ ਤੇ ਪਾਣੀ ਪੀਣਾ ਠੀਕ ਨਹੀਂ ਹੋਣਾ ਇਹ ਤੁਹਾਨੂੰ ਉਸ ਵਕਤ ਉਸੇ ਵਕਤ ਤੁਹਾਨੂੰ 911 ਕਾਲ ਕਰਨਾ ਪੈਣਾ ਐਮ뷸ੈਂਸ ਨੂੰ ਕਾਲ ਕਰਨਾ ਪੈਣਾ ਐਮ뷸ੈਂਸ ਨੂੰ ਐਕਸਪਲੇਨ ਕਰਨਾ ਪੈਣਾ ਜਦੋਂ ਐਮ뷸ੈਂਸ ਵਾਲਿਆਂ ਨੇ ਆਉਣਾ ਉਹਨਾਂ ਉਹਨਾਂ ਨੂੰ ਕਹਿਣਾ ਵੀ ਸਾਡੇ ਵੱਲ ਉਸ ਹਿਸਾਬ ਨਾਲ ਨਾ ਦੇਖੋ ਕਿਹ ਵਾਰੀ ਹੁੰਦਾ ਬੰਦਾ ਕਨਫਿਊਜ਼ ਹੁੰਦਾ ਜੇ 50 60 ਸਾਲ ਦੀ ਉਮਰ ਹੈ ਸਵੇਰ ਦਾ ਟਾਈਮ ਉਹਨਾਂ ਨੇ ਕਹਿਣਾ ਬਦਨੀ ਰਾਤ ਦੀ ਪੀਤੀ ਹੈ ਉਹਨਾਂ ਕਈਆਂ ਦਾ ਬੈਡ ਜਿਹੜਾ ਨਾ ਐਟੀਟਿਊਡ ਬਹੁਤ ਮਾੜਾ ਇਸ ਕੰਮ ਬਾਰੇ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਜਾਇਦਾ ਵੀ ਸਾਨੂੰ ਵੀ ਜਦੋਂ ਕੋਈ ਆਉਂਦਾ ਉਹਨੂੰ ਪੂਰੀ ਐਕਸਪਲੇਨ ਕਰੋ ਗਲਬਤ ਕਰਕੇ ਗਲਬਤ ਟਾਈਮ ਵੇਸਟ ਨਹੀਂ ਕਰਨਾ ਉਹਨਾਂ ਨੂੰ ਵੀ ਸਾਨੂੰ ਲੈ ਕੇ ਜਾਓ ਇਮੀਡੀਏਟਲੀ ਹਸਪੀਟਲ ਦੇ ਵਿੱਚ ਆਪਣੇ ਆਪ ਡਰਾਈਵ ਨਹੀਂ ਕਰਨਾ ਕਿਉਂਕਿ ਜਿਹੜਾ ਸਟ੍ਰੋਕ ਵਾਲਾ ਪੇਸ਼ੈਂਟ ਨੂੰ ਆਪਣੇ ਆਪ ਡਰਾਈਵ ਕਰਨਾ ਮੀਨਸ ਵੀ ਰਾਜ ਜੇ ਮੇਜਰ ਸਟ੍ਰੋਕ ਹੋ ਗਿਆ ਐਕਸੀਡੈਂਟ ਹੋਏਗਾ ਆਪਣੇ ਆਪ ਨੁਕਸਾਨ ਇਸ ਜਦੋਂ ਤੁਸੀਂ ਪਹੁੰਚ ਗਏ ਉਥੇ ਜਦੋਂ ਐਂਬੂਲੈਂਸ ਦੇ ਰਸਤੇ ਜਾ ਰਹੇ ਹੋ ਦੈਟ ਮੀਨਸ ਵੀ ਉਥੇ ਜਾ ਕੇ ਤੁਹਾਡੀ ਕੇਅਰ ਰਾਈਟ ਵੇ ਹੋਣੀ ਹੈ ਕਿਉਂਕਿ ਜਿਹੜਾ ਪਹੁੰਚ ਗਿਆ ਤੁਹਾਡਾ ਟਾਈਮ ਦੇ ਵਿੱਚ ਤੁਹਾਨੂੰ ਡਾਕਟਰ ਨੇ ਦੇਖਣਾ ਤੁਹਾਡੀ ਨਰਸਿੰਗ ਸਟਾਫ ਨੇ ਜੋ ਵੀ ਟੀਮ ਦੇਖ ਕੇ ਉਹਨਾਂ ਨੇ ਪਹਿਲਾਂ ਡਾਇਗਨੋਸ ਕਰਨਾ ਵੀ ਆਲਰੇਡੀ ਉਹਨਾਂ ਨੂੰ ਇਨਫਰਮੇਸ਼ਨ ਮਿਲ ਗਈ ਵੀ ਸਟ੍ਰੋਕ ਹੋ ਰਿਹਾ ਸੋ ਉਹ ਆਲਰੇਡੀ ਤਿਆਰ ਹੁੰਦੇ ਨੇ ਸੋ ਉਹ ਤਿਆਰੀ ਵੇ ਜਾ ਕੇ ਆਪਾਂ ਲੋਕਾਂ ਨੇ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਚਾਹੀਦਾ ਵੀ ਪੇਸ਼ੈਂਟ ਨੂੰ ਜਾਣ ਦੋ ਉਹਦੇ ਉਹਨਾਂ ਨੇ ਟੈਸਟ ਕਰਨੇ ਨੇ ਉਹਦੀ ਹਿਸਟਰੀ ਲੈਣਗੇ ਟੈਸਟ ਕਰਨਗੇ ਦੇਖਣਗੇ ਵੀ ਸਟ੍ਰੋਕ ਦਾ ਸਟ੍ਰੋਕ ਕਿਹੜੇ ਕੰਮ ਕਰ ਰਿਹਾ ਹੈ ਬਲੌਕੇਜ ਕਰਕੇ ਹੋਇਆ ਹੈ ਕਿ ਬਲੀਡਿੰਗ ਕਰਕੇ ਹੋਇਆ ਹੈ ਸੋ ਉਹ ਜਿਹੜੀਆਂ ਡਿਟੇਲ ਨੇ ਨਾ ਉਹ ਮੈਂ ਸਾਰਾ ਕਨਫਿਊਜ਼ ਨਹੀਂ ਕਰਨਾ ਸਾਰਿਆਂ ਨੂੰ ਐਨੀ ਮੰਗਲ ਉਹ ਫਿਰ ਆਪਾਂ ਐਕਸਪਲੇਨ ਕਰਾਂਗੇ ਪਰ ਇੰਪੋਰਟੈਂਟ ਗੱਲ ਇਹ ਜਦੋਂ ਉਸੇ ਪਹੁੰਚ ਜਾਣਾ ਜਦੋਂ ਉਹਨਾਂ ਨੇ ਤੁਹਾਡਾ ਡਾਇਗਨੋਸਿਸ ਕਰ ਲਿਆ ਉਹਨਾਂ ਨੂੰ ਟਰੀਟ ਕਰਨ ਦਿਓ ਇੰਟਰਫੇਅਰ ਨਾ ਕਰੋ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਇੱਕ ਫੈਮਲੀ ਦਾ ਬੰਦਾ ਜਿਹੜਾ ਨਾ ਮੋਸਟ ਰਿਸਪੌਂਸਿਵਲ ਪਰਸਨ ਹੋਏ ਜਿਹੜਾ ਕਿ ਉਹਨਾਂ ਨਾਲ ਕਮਿਊਨੀਕੇਟ ਕਮਿਊਨੀਕੇਟ ਕਰੇ ਕਿਉਂਕਿ ਉਹ ਪਹਿਲੇ ਉਹਨਾਂ ਨੇ 2-3 ਘੰਟੇ ਵਿੱਚ ਦਵਾਈ ਦੇ ਕੇ ਤੇ ਮੈਡੀ ਜਿਹੜੀ ਮੈਡੀਸਨ ਹੁੰਦੀ ਹੈ ਪ੍ਰੋਪਰ ਦੇ ਕੇ ਸਟ੍ਰੋਕ ਦੀ ਜਿਹੜਾ ਨਾ ਟ੍ਰੀਟਮੈਂਟ ਹੋ ਸਕਦੀ ਹੈ ਫਿਰ ਰਿਕਵਰੀ ਜਿਹੜੀ ਹੈ ਨਾ ਪਹਿਲੇ ਦਿਨ ਦੂਜੇ ਦਿਨ ਤੀਜੇ ਦਿਨ ਬੜੀ ਇੰਪੋਰਟੈਂਟ ਹੈ ਕਿ ਨਹੀਂ ਰਿਕਵਰੀ ਹੋਈ ਗੱਲ ਇਹ ਹੁੰਦੀ ਹੈ ਕਿ ਜਦੋਂ ਸਟ੍ਰੋਕ ਹੋ ਰਿਹਾ ਜਰ ਉਸ ਟਾਈਮ ਦੇ ਵਿੱਚ ਜਿਹੜੇ ਜਿਹੜੇ ਸੈਲਸ ਤੇ ਅਸਰ ਹੋ ਰਿਹਾ ਇੱਕ ਤੇ ਉਹਨਾਂ ਦੇ ਸਿੰਪਟਮ ਹੁੰਦੇ ਨੇ ਇੱਕ ਹੁੰਦਾ ਵੀ ਕਈ ਵਾਰੀ ਸਿੰਪਟਮ ਬਾਅਦ ਚ ਹੁੰਦੇ ਨੇ ਫਿਰ ਕਿਉਂਕਿ ਆਲਰੇਡੀ ਜੇ ਬਲਾਕੇਜ ਹੋ ਚੁੱਕਾ ਉਸ ਏਰੀਆ ਵਿੱਚ ਬ੍ਰੇਨ ਦੇ ਸੈੱਲ ਡੈਡ ਹੋ ਗਏ ਨੇ ਤੇ ਉਹਨਾਂ ਨੇ ਦੁਬਾਰਾ ਨਹੀਂ ਬੰਨਾ ਸੋ ਇਸ ਕਰਕੇ ਉਹ ਸੈਲਸ ਨੂੰ ਬਚਾਉਣ ਵਾਸਤੇ ਸਾਰਾ ਕੰਮ ਹੋ ਰਿਹਾ ਜਦੋਂ ਤੁਹਾਨੂੰ ਉਹਨਾਂ ਨੇ ਐਕਸਪਲੇਨ ਕਰਤਾ ਕਿ ਕਿਹੜਾ ਤੁਹਾਡਾ ਸਟ੍ਰੋਕ ਹੈ ਕਿਹੜੀ ਤੁਹਾਡੀ ਮੈਡੀਸਿਨ ਹੈ ਫਿਰ ਤੁਹਾਨੂੰ ਰੱਖਣਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਬਕਾਇਦਾ ਜਿਹੜੇ ਵੀ ਸਪੈਸ਼ਲਿਸਟ ਨੇ ਨਿਊਰੋਲੋਜੀ ਵਾਲੇ ਦੇਖਣਗੇ ਤੁਹਾਨੂੰ ਕਾਰਡੀਓਲੋਜਿਸਟ ਆ ਕੇ ਦੇਖੇਗਾ ਵੀ ਕੋਈ ਇਹਨਾਂ ਦੇ ਹਾਰਟ ਦੇ ਇਸ਼ੂ ਤਾਂ ਨਹੀਂ ਬਾਕੀ ਜੋ ਵੀ ਜਿਹੜੀ ਐ ਕੰਪਰੀਹੈਂਸਿਵ ਕੇਅਰ ਹੈ ਨੇਚਰਲੀ ਜਿਹੜੀ ਹੁੰਦੀ ਹੈ ਉਹ ਸਾਰੀ ਹੁੰਦੀ ਫਿਰ ਉਸ ਤੋਂ ਬਾਅਦ ਫਿਰ ਹੋਣਾ ਜਦੋਂ ਤੁਸੀਂ ਤੁਹਾਡਾ ਟ੍ਰੀਟਮੈਂਟ ਸਾਰੀ ਹੋ ਗਈ ਫਿਰ ਜਿਹੜੀ ਨੈਕਸਟ ਪਲਾਨ ਹੈ ਨਾ ਬੜੀ ਕ੍ਰੂਸ਼ੀਅਲ ਹੈ ਕਰ ਜਦੋਂ ਜਾਣਾ ਹੈ ਨਾ ਉਦੋਂ ਅਸੀਂ ਮਿਸ ਕਰ ਜਾਂਦੇ ਆ ਉਦੋਂ ਹੁੰਦਾ ਵੀ ਕਈ ਵਾਰ ਕਿਉਂਕਿ ਸਾਰੇ ਕੰਮ ਕਰਦੇ ਨੇ ਕਿਸੇ ਨੂੰ ਕਾਲੀ ਹੁੰਦੀ ਹੈ ਕੋਈ ਖੋ ਸਕਦਾ ਕਿਸੇ ਦੇ ਮਾਂ-ਬਾਪ ਕਲੇ ਰਹਿ ਰਹੇ ਹੋਣ ਹੋ ਸਕਦਾ ਕਿਰ ਕਿਸੇ ਕਿਸੇ ਹੋਰ ਦੀ ਬੇਸਮੈਂਟ ਚ ਹੋਣ ਕਿਤੇ ਹੋਰ ਉਹਨਾਂ ਦਾ ਕੋਈ ਮੇਬੀ ਕੋਈ ਨੇੜੇ ਦਾ ਬੰਦਾ ਘਰ ਨਾ ਹੋਏ ਨੇੜੇ ਸੋ ਚਾਹੀਦਾ ਕਿ ਜਦੋਂ ਤੁਹਾਨੂੰ ਹਸਪੀਟਲ ਨੇ ਫੋਨ ਕਰਕੇ ਉਹਨਾਂ ਦੀ ਟੀਮ ਨੇ ਤੁਹਾਨੂੰ ਫੋਨ ਤੇ ਗੱਲ ਕਰਨੀ ਹੈ ਜਾਂ ਨ ਆਹ ਹੁੰਦੇ ਨੇ ਇਨ ਪਰਸਨ ਵੀ ਸ਼ੁਰੂ ਕਰਤਾ ਜੀ ਕਿ ਉਹ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਕਿ ਵੀ ਅ ਸਟ੍ਰੋਕ ਦਾ ਹੈਗਾ ਡਾਇਗਨੋਸਿਸ ਇਸ ਕੰਮ ਕਰਕੇ ਹੋਇਆ ਸੀ ਇਹ ਪੋਸੀਬਲ ਕਾਜ਼ਸ ਨੇ ਇਸ ਸਟੇਜ ਤੇ ਤੁਹਾਡਾ ਜਿਹੜਾ ਪੇਸ਼ੈਂਟ ਹੈਗਾ ਹੁਣ ਇਸ ਪੇਸ਼ੈਂਟ ਨੂੰ ਰੀਹੈਬਿਲਿਟੇਸ਼ਨ ਦਾ ਫਾਲੋਅ ਅਪ ਕਰਨਾ ਪੈਣਾ ਉਹਦੇ ਵਾਸਤੇ ਕਲੀਨਿਕਸ ਨੇ ਸਰੀ ਵਿੱਚ ਵੀ ਕਲੀਨਿਕਸ ਨੇ ਵੈਨ ਸਾਰੀ ਜਗ੍ਹਾ ਤੇ ਕਲੀਨਿਕਸ ਨੇ ਉਹਦੇ ਵਾਸਤੇ ਸਪੈਸ਼ਲਿਸਟ ਨੇ ਪੱਕਾ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਪ੍ਰੋਮਿਸ ਨੇ ਉਹ ਫਿਰ ਜਿਹੜਾ ਨੈਕਸਟ ਜਿਹੜਾ ਸਟੈਪ ਹੁੰਦਾ ਹੋਮ ਕੇਅਰ ਦਾ ਸਪੋਜ਼ ਵੀ ਤੁਹਾਨੂੰ ਉਹਨਾਂ ਨੇ ਕਹਿਣਾ ਕਿ ਕੱਲਾ ਇਹ ਨਹੀਂ ਵੀ ਮਰੀਜ਼ ਨੂੰ ਘਰ ਭੇਜਦਾ ਜਿਸ ਬੰਦੇ ਨੂੰ ਸਟ੍ਰੋਕ ਹੋਇਆ ਹੋ ਸਕਦਾ ਦੀ ਵੀਕਨੈਸ ਹੋਈ ਹੈ ਵਿਜ਼ਨ ਦੇ ਫਰਕ ਪੈ ਗਿਆ ਉਹਨੂੰ ਹੋ ਸਕਦਾ ਵਾਸ਼ਰੂਮ ਚੇਂਜ ਕਰਨਾ ਪਵੇ ਹੋ ਸਕਦਾ ਕਾਰਪਟ ਚੇਂਜ ਕਰਨੀ ਪਵੇ ਉਹਨਾਂ ਨੂੰ ਉਹਨਾਂ ਦੀ 휠ਚੇਅਰ ਦੀ ਐਕਸੈਸਿਬਿਲਟੀ ਦਾ ਇਸ਼ੂ ਆ ਜਾਂਦਾ ਵਾਸ਼ਰੂਮ ਦੇ ਵਿੱਚ ਜਾਂਦਾ ਆ ਜਾਂਦਾ ਇਸ਼ੂ ਸੋ ਤੁਹਾਨੂੰ ਇੱਕ ਸਾਰਾ ਪੈਕੇਜ ਪ੍ਰੋਵਾਈਡ ਕਰਦੇ ਨੇ ਉਸ ਪੈਕੇਜ ਨੂੰ ਲੈ ਕੇ ਆਪਣੀ ਹਸਪੀਟਲ ਆਉਣ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਮੇਕ ਸ਼ੋਰ ਕਰਨਾ ਕਿ ਕਿ ਜਾ ਕੇ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੈ ਕਿ ਨਹੀਂ ਹੈ ਤੁਹਾਨੂੰ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਕਾਲੀ ਕਰਨੇ ਆ ਕਿਵਾਰੀ ਫਟਾਫਟ ਖਰੀਦ ਨਹੀਂ ਖਰੀਦਣ ਦੀ ਨਹੀਂ ਗੱਲ ਉਹਨਾਂ ਨੂੰ ਕੋਈ ਰੈੱਡ ਕਰਾਸ ਤੋਂ ਜਾ ਕੇ ਸਪੈਸ਼ਲ ਫਾਰਮ ਹੁੰਦਾ ਡਾਕਟਰਾਂ ਦੇ ਆਫਿਸ ਉਹ ਫਾਰਮ ਭਰੋ ਤੁਸੀਂ ਲੋਨ ਲਓ ਪਹਿਲਾਂ ਉਹਨਾਂ ਤੋਂ ਲੋਨ ਕੀ ਹੁੰਦਾ ਕਿ ਬੇਸਿਕਲੀ ਤੁਸੀਂ ਡੋਨੇਸ਼ਨ ਕਰਨੀ ਹੈ ਬਾਅਦ ਚ ਸਾਈਨ ਕਰੋ ਤੇ ਜੇ ਤੁਹਾਨੂੰ ਉਹ ਸੂਟ ਕਰੇਗਾ ਫਿਰ ਤੁਸੀਂ ਖਰੀਦ ਲਿਓ ਕਾਲੀ ਨਾ ਕਰੋ ਸਮਾਨ ਖਰੀਦਣ ਦੀ ਉਹ ਤੁਸੀਂ ਲੈ ਕੇ ਫਿਰ ਆ ਜਾਣਾ ਘਰ ਉਹ ਤੁਹਾਨੂੰ ਫਿਰ ਹੋਮ ਕੇਅਰ ਤੁਹਾਨੂੰ ਪ੍ਰੋਪਰ ਕਰਨਗੇ ਸਪਲਏ ਇਹ ਜਿਹੜੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਐਸ ਟਾਈਮ ਦੇ ਮੈਂ ਮੈਂ ਬੜੀ ਵਾਰੀ ਕੰਮ ਕੀਤਾ ਬੜੇ ਸਾਲਾਂ ਤੋਂ ਮੈਂ ਸੁਵਿਨਾ ਵੀ ਇਹਨਾਂ ਦਾ ਜਿਹੜਾ ਹੋਮ ਕੇਅਰ ਦਾ ਪ੍ਰੋਗਰਾਮ ਹੈ ਬੜਾ ਐਕਸਲੈਂਟ ਹੈ ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਕੇਅਰ ਗਿਵਰ ਭੇਜਦੇ ਨੇ ਤੁਹਾਨੂੰ ਉਹਨਾਂ ਹਰ ਤਰ੍ਹਾਂ ਦੇ ਦੋ ਤਿੰਨ ਵਾਰੀ ਜਿਹੜੇ ਇਹਨਾਂ ਲੇਡੀਜ਼ ਪੁਰੀਆਂ ਟ੍ਰੇਨ ਨੇ ਜਿਹੜੀਆਂ ਤੁਹਾਡੀਆਂ ਬੋਲੀ ਚ ਬੋਲਦੇ ਨੇ ਉਹ ਵੀ ਆ ਸਕਦੇ ਨੇ ਉਹ ਟੀਵੀ ਵਾਲਿਆਂ ਨੇ ਫਿਜ਼ਿਓ ਵਾਲਿਆਂ ਨੇ ਹੋਣਾ ਜਿਹੜੇ ਨਾਲ ਤੁਹਾਡੇ ਬਾਕੀ ਐਕਸਰਸਾਈਜ਼ ਪ੍ਰੋਗਰਾਮ ਵਾਲਿਆਂ ਨੇ ਹੋਣਾ ਉਹ ਤੁਹਾਨੂੰ ਸ케ਜੂਲ ਤਿਆਰ ਕਰਨਾ ਪੈਣਾ ਪਰ ਪ੍ਰੋਬਲਮ ਆਉਂਦੀ ਹੈ ਜਦੋਂ ਤਿੰਨ ਚਾਰ ਬੰਦੇ ਪਾਰਟਿਸਿਪੇਟ ਕਰਦੇ ਨੇ ਇੱਕੋ ਆਦਮੀ ਇੱਕੋ ਇਨਸਾਨ ਪਾਰਟਿਸਿਪੇਟ ਕਰੇ ਜਿਹੜਾ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰੇ ਉਹ ਤੁਸੀਂ ਆਪਣੀ ਫਾਈਲ ਬਣਾ ਲਓ ਐਂਡ ਫਾਲੋ ਦ ਇਨਸਟਰਕਸ਼ਨ ਇਸ ਕਰਕੇ ਮੈਂ ਕਹਿ ਰਿਹਾ ਕਿ ਇੱਕ ਟਾਈਮ ਹੁੰਦਾ ਕਿ ਕਿਉਂਕਿ ਸਿਸਟਮ ਜਿਹੜਾ ਸੈਂਟਰਲ ਇਨਟੇਕ ਹੈ ਉੱਥੇ ਇੱਕ ਹੀ ਫੋਨ ਹੈ ਉਹਨਾਂ ਤੁਹਾਨੂੰ ਉਸ ਫੋਨ ਤੋਂ ਕਰਨਾ ਜਦੋਂ ਤੁਸੀਂ ਵਾਪਸ ਕਰਦੇ ਹੋ ਤੁਹਾਨੂੰ ਫੋਨ ਨਹੀਂ ਮਿਲਦਾ ਪਰ ਜੇ ਤੁਹਾਡੇ ਕੋਲ ਨੰਬਰ ਹੋਏ ਤੁਹਾਡੇ ਸਪੈਸਿਫਿਕ ਜਿਹੜਾ ਕੇਅਰ ਗਿਵਰ ਦਾਇਆ ਜਿਹੜਾ ਤੁਹਾਡਾ ਕੇਸ ਮੈਨੇਜਰ ਹੈ ਡਾਇਰੈਕਟਲੀ ਗੱਲ ਹੋ ਜੇ ਡਾਇਰੈਕਟ ਗੱਲ ਹੋ ਜਾਂਦੀ ਫਿਰ ਗਿਵ 1 ਟੂ 1 ਕੰਟੈਕਟ ਤੇ ਉਸ ਚੀਜ਼ ਨੂੰ ਇਸਟੈਬਲਿਸ਼ ਕਰੋ ਤੇ ਮੋਡੀਫਾਈ ਤੁਹਾਨੂੰ ਮੋਡੀਫਿਕੇਸ਼ਨ ਕਰਨੀ ਪੈਣੀ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਰੀਆਂ ਗੱਲਾਂ ਅਸੀਂ ਐਕਸਪਲੇਨ ਕਰਾਂਗੇ ਵੀ ਕਾਰਨ ਕੀ ਨੇ ਤੁਹਾਨੂੰ ਟਿਪਸ ਦਿਆਂਗੇ ਵੀ ਤੁਸੀਂ ਕੀ ਕਰਨਾ ਤੇ ਉਸ ਤੋਂ ਜਿਹੜਾ ਰੀਹੈਬਿਲਿਟੇਸ਼ਨ ਕਿਸ ਤਰ੍ਹਾਂ ਕਰਨੀ ਹੈ ਪਲੱਸ ਜਿਹੜਾ ਕਿ ਹਰ ਸਾਡੇ ਪ੍ਰੋਗਰਾਮ ਵਿੱਚ ਇੱਕ ਬੜਾ ਖਾਸ ਪ੍ਰੋਗਰਾਮ ਅਸੀਂ ਨਾਲ ਇੱਕ ਐਡੀਸ਼ਨ ਐਡ ਕਰਨੀ ਹੁੰਦੀ ਹੈ ਵੀ ਜਦੋਂ ਆਪਾਂ ਓਵਰਸੀ ਜਾਨੇ ਇੰਡੀਆ ਜਾਂ ਪਾਕਿਸਤਾਨ ਜਿੱਥੇ ਵੀ ਜਾਂਦੇ ਨੇ ਲੋਕ ਆਪਣੇ ਪੰਜਾਬੀ ਵਾਪਸ ਉਹ ਜਾ ਕੇ ਜਦੋਂ ਜਾਈਦਾ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਪ੍ਰੋਬਲਮ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜਾ ਵੀ ਇਹ ਆਦਤ ਹੁੰਦੀ ਸਾਡੇ ਸਾਰਿਆਂ ਦੀ ਨਹੀਂ ਸਾਡੇ ਸਾਰਿਆਂ ਦੀ ਆਦਤ ਹੁੰਦੀ ਹੈ ਡਾਕਟਰ ਵੀ ਇਸ ਤਾਂ ਕਰਦੇ ਨੇ ਕੇਵਾਰੀ ਕਹਿਣਗੇ ਉਹ ਫਲਾਣੇ ਨੂੰ ਕੀ ਪਤਾ ਉਹਨਾਂ ਨੂੰ ਕੀ ਪਤਾ ਮਰ ਕਿਉਂ ਲਿਆਉ ਫਿਰ ਉਹਨਾਂ ਨੇ ਕਹਿਣਾ ਜੀ ਆ ਜੇ ਕੋਈ ਉਹਨਾਂ ਦਾ ਬੇਟਾ ਜਾਂ ਬੇਟੀ ਉੱਥੇ ਉਹਨਾਂ ਨੇ ਕਿਹਾ ਨਾ ਉਹਨੂੰ ਤੇ ਕੁਝ ਨਹੀਂ ਪਤਾ ਮੈਂ ਇਹਦਾ ਇਲਾਜ ਕਰਾਂਗਾ ਚੰਗਾ ਮੈਂ ਤੁਹਾਨੂੰ ਡਾਕਟਰ ਕੋਲ ਖੜਨਾ ਇਹਨਾਂ ਗੱਲਾਂ ਤੁਸੀਂ ਬਿਲਕੁਲ ਨਾ ਪਾਓ ਜਿਹੜੀ ਸਰਵਿਸ BC ਕੈਨੇਡਾ 'ਚ ਮਿਲਦੀ ਹੈ ਤੁਹਾਨੂੰ ਸਰਵਿਸ ਕਿਹਦੀ ਹੋਰ ਨਹੀਂ ਮਿਲਦੀ ਬੜੀ ਅੱਛੀ ਮਿਲਦੀ ਹੈ ਸਰਵਿਸ ਉਹ ਸਰਵਿਸ ਨੂੰ ਨਾ ਕਰੋ ਚੇਂਜ ਇਨਫੋਰਮੇਸ਼ਨ ਪੈਕੇਜ ਲੈ ਕੇ ਜਾਓ ਜਦੋਂ ਵਾਪਸ ਆਉਣਾ ਇਨਫੋਰਮੇਸ਼ਨ ਲੈ ਕੇ ਆਓ ਜਿਹੜੇ ਟੈਸਟ ਕਰਾਏ ਨੇ ਟੈਸਟ ਲੈ ਕੇ ਆਓ ਹਰ ਚੀਜ਼ ਦਾ ਇਲਾਜ ਨਹੀਂ ਹੈਗਾ ਵੀ MRI ਕਰਾ ਲਓ CT ਕਰਾ ਲਓ ਜੀ ਪੁਰਾਣੀ ਚੀਜ਼ ਕਰਾ ਲਓ ਇਹ ਬਾਰ-ਬਾਰ ਜਿਹੜੀਆਂ ਜਿਹੜੀਆਂ ਜਿਹੜੇ ਟੈਸਟ ਕਰਾਣੇ ਇਹ ਨਹੀਂ ਵੀ ਜਿਹੜੇ ਟੈਸਟ ਉੱਥੇ ਇਨਐਕਸਪੈਂਸਿਵ ਨੇ ਉਹ ਜਾ ਕੇ ਕਰਾ ਲਈਏ ਫਿਰ ਥੱਬਾ ਲੈ ਨਾ ਟੈਸਟਾਂ ਦਾ ਆਏ ਨਾ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੈ ਤੁਹਾਡਾ ਉਹ ਤੁਹਾਡੀ ਮਨ ਦੀ ਜਿਹੜੀ ਹੈ ਨਾ ਮਨ ਦੀ ਸ਼ਾਂਤੀ ਵਾਸਤੇ ਹੁੰਦਾ ਇੱਕ ਦੋ ਦਿਨ ਵਾਸਤੇ ਫਿਰ ਤੁਸੀਂ ਕਹਿਣਾ ਵੀ ਆਹ ਪ੍ਰੋਬਲਮ ਤੇ ਮੈਨੂੰ ਹੈਗੀ ਹੈ ਜੇ ਸੋ ਕੀਪ ਯੂ ਸੇਮ ਡਾਕਟਰ ਇਨਫੋਰਮੇਸ਼ਨ ਲੈ ਕੇ ਆਓ ਸਾਰੀ ਆਪਣੇ ਆਪ ਨੂੰ ਜਿਹੜਾ ਨਾ ਬਚਾਅ ਚ ਰੱਖੋ ਜਦੋਂ ਟਰੈਵਲ ਕਰਦੇ ਪਿਓ ਖਾਸ ਕਰਕੇ ਇਸ ਟਾਈਮ ਦੇ ਵਿੱਚ ਹਫਤੇ ਦੀ ਮੈਡੀਸਿਨ ਚਾਹੀਦੀ ਹੈ ਤੁਹਾਡੇ ਕੋਲ ਇਹ ਨਹੀਂ ਪਤਾ ਵੀ ਤੁਹਾਡਾ ਸਮਾਨ ਕੱਲ ਪਹੁੰਚਣਾ ਹੈ ਕਿ ਹਫਤੇ ਨੂੰ ਜਿਹੜਾ ਖਾਸ ਕਰਕੇ ਜਿਹੜੇ ਡਾਇਬੀਟਿਕ ਪੇਸ਼ੈਂਟ ਨੇ ਹਾਈਪਰ ਟੈਨਸ਼ਨ ਦੇ ਜਾਂ ਜਿਨ੍ਹਾਂ ਨੂੰ ਆਲਰੇਡੀ ਉਹਨਾਂ ਨੇ ਬਲੱਡ ਥਿਨਰ ਤੇ ਹੈਗੇ ਨੇ ਉਹਨਾਂ ਨੂੰ ਚਾਹੀਦਾ ਵੀ ਇਨਫੋਰਮੇਸ਼ਨ ਕਾਲ ਹੋਏ ਇੱਕ ਇਹੋ ਜਿਹਾ ਪੈਕੇਜ ਰੱਖੋ ਆਪਣੇ ਕੋਲ ਬਣਾ ਕੇ ਉਹਦੀ ਰਿਪੋਰਟ ਬਣਾ ਕੇ ਸਮਰੀ ਲੈ ਕੇ ਨਾਲ ਜਾਓ ਸਮਾਨ ਖੜਨ ਦੀ ਬਜਾਏ ਦਿਸ ਇਜ਼ ਮੋਰ most important absolutely for you for okay. you and the especially ਹੈਗਾ ਜਦੋਂ ਤੁਸੀਂ ਸੁਪੋਜ਼ ਵੀਲ ਚੇਅਰ ਦੇ ਵਿੱਚ ਹੋ ਤੁਹਾਨੂੰ ਉਹਨਾਂ ਨੇ ਸਰਵਿਸ ਵਾਲਿਆਂ ਨੇ ਹੈਲਪ ਕਰਨ ਆਉਣਾ ਤੇ ਜੇ ਇਨਫੋਰਮੇਸ਼ਨ ਹੀ ਨਾ ਦਿਓਗੇ ਜੇ ਉਹਨਾਂ ਨੇ ਪੁੱਛਿਆ ਵੀ ਕੀ ਪ੍ਰੋਬਲਮ ਹੈ ਉਹਨਾਂ ਕਹਿੰਦਾ ਮੇਰੇ ਨਾਲ ਕਿਉਂ ਪੁੱਠਾ ਬੋਲਦਾ ਮੇਰੇ ਨਾਲ ਤੋਂ ਡਿਸਕ੍ਰਿਮੀਨੇਸ਼ਨ ਕਰਨਾ ਜਦੋਂ ਵੀ ਕੋਈ ਅਸੀਂ ਕੋਈ ਸਾਨੂੰ ਸਵਾਲ ਪੁੱਛਦਾ ਕਾਮਨ ਸੈਂਸ ਦਾ ਸੀ ਉਹਨਾਂ ਨਾਲ ਝਗੜਾ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਫਾਲੋ ਕਰੋ ਜੋ ਤੁਹਾਨੂੰ ਦੱਸਦੇ ਪਏ ਨੇ ਇਨਸਟਰਕਸ਼ਨਾਂ ਫਾਲੋ ਕਰੋ ਜੇ ਤੁਹਾਡਾ ਲੰਬਾ ਸਟੇ ਫਿਰ ਤੁਹਾਨੂੰ ਪ੍ਰੋਬਲਮ ਹੋਣੀ ਹੈ ਉਸ ਚੀਜ਼ ਨੂੰ ਐਕਸਪਲੇਨ ਕਰੋ ਜਦੋਂ ਤੁਸੀਂ ਵਾਪਸ ਜਾਣਾ ਜੇ ਹੁਣ ਮੈਂ ਫਲਾਈਟਸ ਤੇ ਆਪਣੀਆਂ ਦਿੱਲੀ ਤੱਕ ਹੀ ਨੇ ਜੇ ਉਹ ਫਲਾਈਟਸ ਤੁਸੀਂ ਅੱਗੋਂ ਜਾਣਾ ਆਪਣੇ ਪਿੰਡ ਜਾਣਾ ਜਿੱਥੇ ਵੀ ਜਾਣਾ 6 68 ਘੰਟੇ ਦਾ ਫਿਰ ਰਸਤਾ ਤੇ ਮੇਕ ਸ਼ੋਰ ਵੀ ਉਹਨਾਂ ਕੋ ਵੀ ਪ੍ਰੋਪਰ ਆਪਣਾ ਜੋ ਵੀ ਵਹੀਕਲ ਹੋ ਲੈ ਕੇ ਹੋਣ ਵੱਡੀ ਵੈਨ ਵਗੈਰਾ ਲੈ ਕੇ ਹੋਣ ਛੋਟੀ ਮੋਟੀ ਕਾਰ ਚ ਗੱਲ ਨਹੀਂ ਬਣਨੀ ਜੇ ਤੁਹਾਡੇ ਕੋ ਵੀਲਚੇਅਰ ਤੇ ਆਲਰੇਡੀ ਤੁਹਾਡੇ ਕੋ ਵੀਕਨੈਸ ਹੈਗੀ ਹੈ ਦੈਨ ਇਟਸ ਗੋਟ ਬੀ ਅ ਪ੍ਰੋਬਲਮ ਵੇਰੀਕਸ ਆ ਵੈਰੀ ਇਨਫੋਰਮੇਟਿਵ ਟਿਪ ਸਟਡੀ ਐਂਡ ਡਾਕਟਰ ਸੁਧੀ ਦੇ ਰਹੇ ਆ ਇੱਕ ਛੋਟੀ ਜਿਹੀ ਬ੍ਰੇਕ ਲੈਨੇ ਵਾਪਸ ਆ ਕੇ ਲਾਸਟ 1 ਮਿੰਟ ਤੁਹਾਡੇ ਤੋਂ ਜਾਣਕਾਰੀ ਲਾਂਗੇ ਇਹ ਖਾਸ ਤੌਰ ਤੇ 26 27 ਮਾਰਚ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਕਿੱਥੇ ਕਿਸੇ ਨੇ ਰਜਿਸਟਰ ਕਰਾਣਾ ਹੈ ਤੇ ਉਸ ਦੇ ਨਾਲ ਨਾਲ ਯਾਨੀ ਲਾਈਫ ਸਟਾਈਲ ਚੇਂजेस ਆ ਰਹੀਆਂ ਨੇ ਉਹਦਾਂ ਲਾਈਫ ਸਟਾਈਲ ਡਿਜ਼ੀਜ਼ਸ ਵਧ ਰਹੀਆਂ ਆ ਗਿਆ ਨੇ ਉਹਦੇ ਵਾਸਤੇ ਆਈਕਨ ਵੱਲੋਂ ਜੋ ਪਿਛਲੇ ਸਮੇਂ ਪਿਛਲੇ 12 ਸਾਲਾਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਬਜ਼ੁਰਗਾਂ ਨਾਲ ਗੱਲਬਾਤ ਹੁੰਦੀ ਹੈ ਮੈਜੋਰਟੀ ਆਫ ਥੇਮ ਆਰ ਫਾਲੋਇੰਗ ਜੋ ਤੁਸੀਂ ਦੱਸਦੇ ਹੋ ਕਿਉਂਕਿ ਜੋਡੇ ਸਾਡੇ ਸਵਾਲ ਸੀ ਅਸੀਂ ਐਕਸਪਰਟਸ ਨੂੰ ਪੁੱਛਿਆ ਉਹਦਾ ਜਵਾਬ ਮਿਲਿਆ ਸੋ ਇਸ ਇਸ਼ੂ ਬਾਰੇ ਗੱਲਬਾਤ ਕਰਦੇ ਆਂ ਕੁਛ ਹੀ ਪਲਾਂ ਤੱਕ ਵਾਪਸ ਆ ਰਹੇ ਆ ਵੇਖਦੇ ਰਹੋ ਤਹਰ ਕਿੰਸਕ ਸ਼ੋ ਕੀ ਤੁਸੀਂ ਸਰੀ ਡੈਲਟਾ ਰਿਚਮੰਡ ਐਪਸਫਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 604825

कभी खामोश रहते हैं कभी शोर होता है मोहब्बत में शरारत का मजा कुछ और होता है दिल को जज्बात का तोहफा खामोशियों को बात का तोहफा खूबसूरती में जड़ी नज़ाकत अदाओं की चांद से मुखड़े को चांद सा तोहफा भारत ज्वेलर्स सच्चे प्यार की चमक जैसा सेंटर सरी. ਕੁਦਰਤ ਦੇ ਸੌਮਿਆਂ ਦੀ ਵਰਤੋਂ ਆਯੁਰਵੇਦ ਰਾਹੀਂ 5000 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਹੀ ਬਣਾਏ ਗਏ ਹੈਲਥ ਕੈਨੇਡਾ ਵੱਲੋਂ ਅਪਰੂਵਡ 100% ਸ਼ੁੱਧ ਆਯੁਰਵੈਦਿਕ ਡਾਈਟਰੀ ਸਪਲੀਮੈਂਟਸ ਦਾ ਲਾਭ ਲੈ ਸਕਦੇ ਹੋ

ਲਿਆ ਜਾਵੇ ਨਵੇਂ ਕਰਾ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡ੍ਰੈਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ ਤੁਸੀਂ ਐਸਕੇ ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 6048259 ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਐਮਸੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਹੋਮ ਆਟੋ ਟਰੈਵਲ ਬਿਜ਼ਨਸ ਲਾਈਫ ਯਾ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣ ਦੀ ਸੋਚ ਰਹੇ ਹੋ ਤੇ ਨਦੀ 9 ਬ੍ਰਾਂਚਸ ਨੇ ਲੋਅਰ ਮੇਨਲੈਂਡ ਵਿੱਚ ਜੋ ਤੁਹਾਨੂੰ ਸਰਵ ਕਰਦੀਆਂ ਨੇ ਹਫਤੇ ਦੇ 7 ਤੋਂ ਦਿਨ ਸਵੇਰੇ 8:30 ਤੋਂ ਲੈ ਕੇ ਰਾਤ ਦੇ 9:00 ਵਜੇ ਤੱਕ ਖੁੱਲੇ ਰਹਿੰਦੇ ਨੇ ਹੋਰ ਜਾਣਕਾਰੀ ਲਈ ਕਾਲ ਕਰੋ 604 5076666604 ਸਾਡੇ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਕੰਸਲਟਿੰਗ ਟੈਂਪਰੇਰੀ ਸਟੇਟਸ ਪੀਆਰ ਹੋ ਨਵੇਂ ਹੋ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹੋ ਸਿਟੀਜ਼ਨਸ਼ਿਪ ਬਾਰੇ ਜਾਣਕਾਰੀ ਲੈਣੀ ਹੈ ਹਾਇਰ ਕਰਨੇ ਫੋਰਨ ਵਰਕਰਸ ਐਕਸਪ੍ਰੈਸ ਐਂਟਰੀ ਸਪਾਂਸਰ ਕਰਨੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਤੁਹਾਡੀ ਮਦਦ ਕਰ ਸਕਦੇ ਨੇ ਨੀਰਾਗਨੀ ਹੋਤਰੀ ਜੋ ਕਿ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ ਫਾਰ ਓਨਸਟ ਐਂਡ ਰਿਲਾਈਅਬਲ ਇਨਫੋਰਮੇਸ਼ਨ ਕਾਲ 604 597 2284 604 597 2284 26 ਅਤੇ 27 ਮਾਰਚ ਨੂੰ ਆਈਕਨ ਪ੍ਰੋਜੈਕਟ ਦੇ ਅਧੀਨ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਸੰਬੰਧ ਵਿੱਚ ਡਾਕਟਰ ਗੁਜਾਰ ਸਿੰਘ ਛੀਮਾ ਸਾਨੂੰ ਬਹੁਤ ਵਿਸਤਾਰ ਵਿੱਚ ਗੱਲਬਾਤ ਕਰ ਰਹੇ ਨੇ ਸੋ ਡਾਕਟਰ ਸਾਹਿਬ 26 ਅਤੇ 27 ਮਾਰਚ ਨੂੰ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਕਿੱਥੇ ਰਜਿਸਟਰ ਕਰਨਾ ਹੈ ਕੀ ਪ੍ਰੋਸੈਸ ਹੋਏਗਾ ਜੀ ਇਹਦਾ ਜਿਹੜਾ ਨਾ ਸਾਡੇ ਬਹੁਤ ਜ਼ਿਆਦਾ ਕਮਿਊਨਿਟੀ ਪਾਰਟਨ ਸੌਰੀ ਪਾਰਨਰਸ ਨੇ ਜਿਨ੍ਹਾਂ ਕੋਲ ਆਲਰੇਡੀ ਇਨਫੋਰਮੇਸ਼ਨ ਹੈ ਇਸ ਗੱਲ ਬਾਰੇ ਪਰ ਜਿਹੜਾ ਇਹਦਾ ਬੈਸਟ ਤਰੀਕਾ ਵੀ ਤੁਸੀਂ icon project.com ਠੀਕ ਮੀਨ ਜਸਟ ਲੁੱਕ ਐਟ ਦਿਸ ਅਗੇਨ ਇਸ ਕਾਲਡ ਦੀ icon project ਸੌਰੀ icon project.org ਜੀ ਹਾਂ ਇਹਦੇ ਦੇ ਵਿੱਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਤੁਸੀਂ ਕਰ ਲਓ ਬੱਚੇ ਜਿਹੜੇ ਆਪਣੇ ਬਜ਼ੁਰਗ ਨੇ ਜਿਉਂ ਉਹਨਾਂ ਨੂੰ ਆਈ ਐਮ ਸ਼ੋਰ ਕਿ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਹੋਣੀ ਸੋ ਆਪਣੇ ਕਿਸੇ ਬੱਚੇ ਨਾਲ ਗ੍ਰੈਂਡਸਨ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੋ ਵੀ ਰਜਿਸਟ੍ਰੇਸ਼ਨ ਕਰਾਓ ਤੇ ਤੁਸੀਂ ਜਦੋਂ ਰਜਿਸਟਰ ਕਰੋਗੇ ਆਨਲਾਈਨ ਹੋਣਾ ਪ੍ਰੋਗਰਾਮ ਪਰ ਉਸ ਤੋਂ ਬਾਅਦ ਅਸੀਂ ਇਹ ਸਾਰਾ ਅਸੀਂ ਜਿਹੜਾ ਪ੍ਰੋਗਰਾਮ ਹੈ ਨਾ ਉਹਦੇ ਤੇ ਅਸੀਂ ਆਪਣੀ ਵੈਬਸਾਈਟ ਤੇ ਕਰ ਦਿੰਦੇ ਹੁੰਦੇ ਆ ਕਦੀ ਵੀ ਵਾਚ ਕਰ ਸਕਦੇ ਹੋ ਸੋ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਫਾਰ ਐਗਜ਼ਾਮਪਲ ਜਿਹੜੀਆਂ ਸਾਰੀਆਂ ਨੇ ਜਿਸਾਂ ਆਪਣੇ ਗੁਰੂ ਘਰ ਨੇ ਮੰਦਿਰ ਨੇ ਮਸਜਿਦ ਐ ਸੌਰੀ ਮਸਜਿਦ ਦੇ ਵਿੱਚ ਮੈਨੂੰ ਪੂਰਾ ਸ਼ੋਰ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਕਿ ਨਹੀਂ ਕੀਤਾ ਸੌਰੀ ਪਰ ਜਿਹੜੇ ਵੀ ਜਿਹੜੇ ਵੀ ਆਰਗੇਨਾਈਜ਼ਰਸ ਨੇ ਜੇ ਉਹ ਆਪਣੇ ਸੀਨੀਅਰ ਸੈਂਟਰ ਉਹਨਾਂ ਨਾਲ ਗੱਲ ਕਰਕੇ ਤੇ ਆਪਣੀ ਜਿਹੜੀਆਂ ਨਾ ਪ੍ਰੋਗਰਾਮ ਤੁਸੀਂ ਜੁਆਇਨ ਕਰੋ ਤੇ ਆਪਣਾ ਜੇ ਇਹ ਨਹੀਂ ਵੀ ਜ਼ਰੂਰੀ ਵੀ ਤੁਹਾਨੂੰ ਜੇ ਪ੍ਰੋਬਲਮ ਹੈ ਫੇਰ ਹੀ ਜੁਆਇਨ ਕਰਨਾ ਜੇ ਤੁਹਾਨੂੰ ਪੰਜ ਛੇ ਗੱਲਾਂ ਵਿੱਚੋਂ ਇੱਕ ਅੱਧੀ ਵੀ ਜੇ ਤੁਹਾਨੂੰ ਪ੍ਰੋਬਲਮ ਹੈਗੀ ਹੈ ਕੋਈ ਡਾਇਬੀਟੀਜ਼ ਦੀ ਕਿਡਨੀ ਪ੍ਰੋਬਲਮ ਏਜ ਤੁਹਾਡੀ ਜ਼ਿਆਦਾ ਅਫਸਰੋ ਤੁਹਾਨੂੰ ਪਤਾ ਨਹੀਂ ਵੀ ਐ ਮੈਨੂ ਸਟ੍ਰੋਕ ਦੇ ਚਾਂਸਸ ਹੈ ਕਿ ਨਹੀਂ ਹੈ ਮੈਂ ਕਿਸ ਤਰ੍ਹਾਂ ਪ੍ਰੀਵੈਂਟ ਕਰਨਾ ਹੈ ਮੈਨੂੰ ਭਲੇਖਾ ਮੈਨੂੰ ਇਸ ਗੱਲ ਬਾਰੇ ਸਮਝ ਨਹੀਂ ਉਥੇ ਤੁਸੀਂ ਸਾਨੂੰ ਸਵਾਲ ਵੀ ਪੁੱਛੋ ਤੇ ਜਿੰਨੇ ਸਾਡੇ ਐਕਸਪਰਟ ਨੇ ਉਹ ਪੰਜਾਬੀ ਬੋਲੀ ਬੋਲਣਗੇ ਬਿਲਕੁਲ ਕਲੀਅਰਲੀ ਬੋਲਣਗੇ ਡਾਈਟ ਬਾਰੇ ਵੀ ਐਕਸਪਲੇਨ ਕਰਨਗੇ ਲਾਈਫ ਸਟਾਈਲ ਬਾਰੇ ਵੀ ਐਕਸਪਲੇਨ ਕਰਨਗੇ ਡਰਿੰਕ ਬਾਰੇ ਵੀ ਗੱਲ ਕਰਨਗੇ ਵੀ ਡਰਿੰਕ 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 ਵਗੈਰਾ ਕਰਨੀ ਕਿ ਨਹੀਂ ਕਰਨੀ ਮੈਡੀਸਨ ਤੁਸੀਂ ਕਿਹੜੀ ਲੈਣੀ ਕਿ ਨਹੀਂ ਲੈਣੀ ਤੁਸੀਂ ਮੈਂ ਕਿ ਸਸਤੀਆਂ ਮੈਡੀਸਨ ਦੀ بجائے ਜਿਹੜੀ ਤੁਹਾਨੂੰ ਕੇਵਾਰੀ ਹੁੰਦਾ ਵੀ ਆਪਾਂ ਮੈਡੀਸਨ ਜਦੋਂ ਜਾਂਦੇ ਆ ਓਵਰਸੀਜ਼ ਸਸਤੀ ਮੈਡੀਸਨ ਲੈ ਲੈਂਦੇ ਆ ਉੱਥੋਂ ਸਸਤੀ ਮਿਲਦੀ ਜੀ ਇੰਡੀਆ ਚੋਂ ਬਰਤ ਲੈਂਦੇ ਆ ਉਹ ਕੰਮ ਨਾ ਕਰੋ ਕਿਉਂਕਿ ਜੇ ਤੁਸੀਂ ਲੈ ਕੇ ਆਓਗੇ ਤੁਹਾਨੂੰ ਇਸ ਹੁਣ ਉਹਨਾਂ ਨੇ ਗਵਰਨਮੈਂਟ ਆਫ ਕੈਨੇਡਾ ਨੇ ਵੀ ਜਿਹੜਾ ਬਰੀਨ ਬਾਰਡਰ ਸਕਿਉਰਿਟੀ ਫੋਰਸ ਸੇ ਉਹ ਵੀ ਪੁੱਛਦੇ ਨੇ ਹੁੰਦੇ ਨੇ ਸਵਾਰੀ ਸੀ ਵੀ ਆਵਾਲੇ ਕਰਨਾ ਵੀ ਮੈਡੀਸਨ ਕਾ ਲਈ ਲੈ ਕੇ ਆਓ ਜੇ ਤੁਸੀਂ ਲੈ ਕੇ ਆਉਣੀ ਹੈ ਡਾਕਟਰ ਪ੍ਰੋਪਰ ਕੋਨ ਲੈ ਕੇ ਆਓ ਇਹ ਪ੍ਰੈਕਟੀਕਲ ਪ੍ਰੋਬਲਮਸ ਨੇ ਫਿਰ ਪਤਾ ਕੀ ਹੁੰਦਾ ਜਦੋਂ ਤੁਹਾਡੀ ਉਹ ਮੈਡੀਸਨ ਉਹਨਾਂ ਨੇ ਕੋਰ ਰੱਖ ਲਈ ਫਰਦੋਸੀ ਫੋਨ ਕਰ ਦੇਣਾ ਜਿਹੜਾ ਵੀ ਕਮੇਟੀ ਵਿੱਚ ਕੋਈ ਬੰਦਾ ਕੋਈ ਦਾ ਮਾਲ ਕਰੇ ਉਹਨਾਂ ਨੇ ਜਾ ਕੇ ਉਹਨਾਂ ਨੇ ਜਾ ਕੇ ਅਨਾਉਂਸਮੈਂਟ ਕਰ ਦੇਣੀ ਵੀ ਸਾਨੂੰ ਖਰਾਬ ਕਰਦੇ ਨੇ ਖਰਾਬ ਨਹੀਂ ਕਰਦੇ ਜੋ ਰੂਲਸ ਨੇ ਉਹ ਫਾਲੋ ਕਰਨੇ ਪੈਣੇ ਰੂਲਸ ਫਾਲੋ ਕਰਨਾ ਆਪਣਾ ਸੋਕੇ ਰਹਾਂਗੇ ਮੈਡੀਸਿਨ ਲਿਆਉਣ ਤੋਂ ਪਹਿਲਾਂ ਸੋਚੋ ਕਿਉਂਕਿ ਜਿਹੜੀਆਂ ਕਈ ਜਿਹੜੀਆਂ ਕਈ ਜਿਹੜੀਆਂ ਮੈਡੀਸਿਨਸ ਨੇ ਹੋ ਸਕਦਾ ਉਹਨਾਂ ਵਿੱਚ ਕੋਈ ਹੋਰ ਵੀ ਸਬਸਟੈਂਸ ਹੋਵੇ ਜਿਹੜੀ ਚੀਜ਼ ਤੁਸੀਂ ਪੜ ਨਹੀਂ ਸਕਦੇ ਜੀ ਜਿਹੜੀ ਚੀਜ਼ ਉਹਦੇ ਕੰਟੈਂਟ ਨਹੀਂ ਤੁਹਾਨੂੰ ਪਤਾ ਉਹਦਾ ਮਤਲਬ ਵੀ ਕੋਈ ਨਹੀਂ ਵੀ ਆਪਾਂ ਆਖਾਈ ਐ ਐਬਸੋਲੂਟਲੀ so doctors before i let you go lifestyle diseases lifestyle changes over the years das saal ton sama zyada ho gaya 12 saal ho gaye project chalde hue jis da main pehla vi kiya bahut sare buzurg milde ne oh dhanwad karde ne tuhada ke tusi ohna nu is pase leke aaye inna programs ohna ne aake jo sawal se mainu puch of course as a physician tuhade kol aunde ne jado patients par jis bade tadad de vich lok ikatthe hunde ne over the years tusi ki dekh rahe ho jehde lifestyle changes jehde aa rahe ne sade te diet di khaas taur te jadon assi gal karde ha ਆਪਣੇ ਭਾਈਚਾਰੇ ਦੀ ਜਿਹੜੀ ਡਾਈਟ ਹੈ ਉਸ ਵਿੱਚ ਤੁਹਾਨੂੰ ਕੁਝ ਚੇਂਜਸ ਨਜ਼ਰ ਆ ਰਹੇ ਨੇ ਜਾਂ ਉਸ ਸੰਬੰਧੀ ਕੀ ਸੁਜੈਸ਼ਨ ਦੇਣਾ ਚਾਹੋ। ਦੇਖੋ ਪਹਿਲੀ ਗੱਲ ਤੇ ਜਦੋਂ ਇਹ ਕੰਮ ਕੀ ਜ਼ਿਆਦਾ ਸੀ ਨਾ ਅਸੀਂ ਸ਼ੁਰੂ ਤੇ ਅਸੀਂ ਸਾਰੇ ਪ੍ਰੋਵਿੰਸ ਤੇ ਕਈ ਗੁਰੂ ਘਰਾਂ 'ਚ ਵੀ ਗਏ ਆ ਉਹਨਾਂ ਨੇ ਆਪਣੀ ਡਾਈਟ ਵੀ ਬਦਲੀ ਹੈ ਉਹਨਾਂ ਨੇ ਆਪਣਾ ਤੌਰ ਤਰੀਕਾ ਵੀ ਬਦਲਿਆ ਵੀ ਕਿਸ ਤਰੀਕੇ ਨਾਲ ਕੁੱਕ ਕਰਦੇ ਨੇ ਪਰ ਓਵਰ ਆਲ ਜਿਹੜਾ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦਾ ਕਾਫੀ ਫਰਕ ਪਿਆ ਕਿਉਂਕਿ ਲੋਕਾਂ ਨੂੰ ਸਾਰਿਆਂ ਨੂੰ ਕਿਹਾ ਵੀ ਜਿਹੜਾ ਖਾਣ ਦਾ ਕੰਮ ਹੈ ਇਹ ਤੁਹਾਡੇ ਹੱਥ ਹੈ ਅੱਖਾਂ ਵੀ ਤੁਹਾਡੀਆਂ ਪੇਟ ਵੀ ਤੁਹਾਡਾ ਤੇ ਹੱਥ ਵੀ ਤੁਹਾਡਾ ਇਹ ਤੁਸੀਂ ਇਹ ਵੇਖਣਾ ਵੀ ਆ ਜਿੰਨਾ ਖਾ ਰਹੇ ਹੋ ਇਹ ਤੁਹਾਨੂੰ ਜ਼ਰੂਰਤ ਹੈ ਕਿ ਨਹੀਂ ਹੈ ਜਿਹੜਾ ਪਹਿਲਾਂ ਸਟਾਈਲ ਸੀ ਨਾ ਹੁੰਦਾ ਵੀ ਥੋੜੇ ਥੋੜਾ ਖਾਓ ਘਟ ਖਾਓ ਜਿੰਨਾ मुट्ठी ਚ ਆਉਂਦਾ ਉਹਨੇ ਖਾਓ ਉਹ ਬੜਾ ਉਹ ਬੜਾ ਇੰਪੋਰਟੈਂਟ ਹੈ ਫਰਕ ਪਿਆ ਪਰ ਲੈ ਇਹਦਾ ਜਿਹੜਾ ਡਰਿੰਕ ਦਾ ਜਿਹੜਾ ਕੰਮ ਇਹ ਨਾਲ ਉਹ ਜੇ ਪੂਰਾ ਅਸਰ ਨਹੀਂ ਹੋ ਰਿਹਾ ਕਿਉਂਕਿ ਡੂਰਿੰਗ ਦਿਸ 2 ਇਅਰ ਜਿਹੜਾ ਕੋਵਿਡ ਦਾ ਟਾਈਮ ਹੋਇਆ ਨਾ ਇਹਦੇ ਵਿੱਚ ਲੋਕਾਂ ਨੂੰ ਬੜਾ ਸਟ्रेस ਹੋਇਆ ਤੇ ਹੋ ਸਕਦਾ ਇਹਦੇ ਵਿੱਚ ਲੋਕਾਂ ਦੀ ਇਹ ਪ੍ਰੋਬਲਮ ਵਧ ਗਈ ਹੋਵੇ ਪਰ ਜਿਹੜਾ ਓਵਰਆਲ ਜਿਹੜੀ ਐਕਸਰਸਾਈਜ਼ ਵਾਚ ਕਰਨਾ weight loss ਨੂੰ ਵਾਚ ਕਰਨਾ ਇੱਕ ਨਾ ਹੁਣ ਕੰਮ ਸ਼ੁਰੂ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਸਾਡੇ ਕਲਚਰ ਵਿੱਚ ਤੇ ਪਹਿਲਾਂ ਈ ਸੀ ਵੀ ਫਾਸਟਿੰਗ ਦਾ ਬੜਾ ਇਸ਼ੂ ਇਹ ਨਾ ਫਾਸਟਿੰਗ ਤੁਸੀਂ ਕਰੋ ਦੇਖੋ ਜਿਹੜੇ ਨੇ ਬਾਕੀ ਜਿਹੜੀ ਭਾਈਚਾਰੇ ਨੇ ਉਹ ਵੀ ਕਰਦੇ ਉਹ ਉਹ ਹਫਤਾ ਮਹੀਨਾ ਮਹੀਨਾ ਕਰਦੇ ਨੇ ਆਪਣਾ ਆਪਣਾ ਜਿਹੜਾ ਫਾਸਟਿੰਗ ਤੇ ਪਰ ਉਹ ਹੁਣ ਸਾਰਿਆਂ ਨੇ ਕਰਤਾ ਸ਼ੁਰੂ ਇਹ ਨਾਰਥ ਅਮਰੀਕਾ ਵਿੱਚ ਵੀ ਸ਼ੁਰੂ ਕਰਤਾ ਹੁਣ ਐਕਚੁਅਲੀ ਲਾਈਫ ਸਟਾਈਲ ਦੀ ਤੁਸੀਂ ਗੱਲ ਕੀਤੀ ਲਾਈਫ ਸਟਾਈਲ ਮੈਡੀਸਨ ਦੀ ਹੁਣ ਇੱਕ ਬ੍ਰਾਂਚ ਬਣਦੀ ਪਈ ਯੂ ਐਸ ਏ ਵਿੱਚ ਓਕੇ ਉਹ ਨਨ ਸਪੈਸ਼ਲਾਈਜੇਸ਼ਨ ਕ੍ਰੀਏਟ ਕਰਦੇ ਪਏ ਨੇ ਸਿਰਫ ਲਾਈਫ ਸਟਾਈਲ ਮੈਡੀਸਨ ਤੇ ਓਕੇ ਸੋ ਮੈਨੋ ਤੇ ਜਾਣ ਦਾ ਮੌਕਾ ਨਹੀਂ ਮਿਲੇ ਅਸੀਂ ਟਰਾਈ ਕਰਨੇ ਪਿਆ ਬਿਕਾਜ਼ ਆਫ ਕੋਵਿਡ ਰਾਈਟ ਫਸੇ ਪਏ ਆ ਸਾਰੇ ਕਿਉਂਕਿ ਹਰ ਹਫਤੇ ਰੂਲ ਬਦਲ ਬਦਲ ਜਾਂਦੇ ਨੇ ਇਹ ਨਹੀਂ ਪਤਾ ਵੀ ਅੱਜ ਕਿਹੜੇ ਟੈਸਟ ਨੇ ਤੇ ਕੱਲ ਕੀ ਹੋਣਾ ਸੋ ਇਸ ਕਰਕੇ ਜਿਹੜਾ ਨਾ ਚਾਹੀਦਾ ਵੀ ਸਾਰਿਆਂ ਨੂੰ ਲਾਈਫ ਸਟਾਈਲ ਦਾ ਆਪਣੇ ਆਪ ਹਰ ਬੰਦੇ ਨੂੰ ਪਤਾ ਹੁੰਦਾ ਹੈ ਵੀ ਮੇਰੀ ਕਿੰਨੀ ਭੁੱਖ ਹੈ ਮੈਂ ਕਿਸ ਟਾਈਮ ਤੇ ਖਾਣਾ ਮੈਂ ਜ਼ਿਆਦਾ ਖਾਣਾ ਕਿ ਨਹੀਂ ਖਾਣਾ ਤੇ ਕਿਹ ਵਾਰੀ ਹੁੰਦਾ ਪਪਾ ਆਪਾਂ ਗੱਲਾਂ ਕਰਦਿਆਂ ਕਰਦਿਆਂ ਖਾਣਾ ਸ਼ੁਰੂ ਕਰ ਦਿੰਦੇ ਆ ਸਟ्रेस ਨੂੰ ਰਿਲੀਫ ਕਰਨ ਲਈ ਲੋਕ ਖਾਣਾ ਖਾਂਦੇ ਨੇ ਉਹਨਾਂ ਚੀਜ਼ਾਂ ਦਾ ਵਿਚਾਰ ਰੱਖੋ ਘਟਕਾਓ ਜਿੰਨਾ ਤੁਹਾਨੂੰ ਪਚਦਾ ਉਹਨਾਂ ਲੋਡ ਮੁਤਾਬਕ ਲਓ ਰਾਈਟ ਜਿਸ ਰਾਨਾ ਲੋਡ ਮੁਤਾਬਕ ਹੀ ਖਾਣਾ ਚਾਹੀਦਾ ਤੇ ਸੋ ਇਸ ਕਰਕੇ ਮੈਂ ਸਭ ਨੂੰ ਵੀ ਇਹ ਯੂ نو ਸਿੰਪਲ ਥਿੰਗਸ ਬਟ ਇਨਨ ਅਡਾਪਟ ਕਰੋ ਤਾਂ ਡੈਫੀਨਿਟਲੀ ਤੁਹਾਡੇ ਲਾਈਫ ਦੇ ਵਿੱਚ ਚੇਂजेस ਆਉਂਦੇ ਨੇ ਐਂਡ ਯੂ ਆ ਅ ਪ੍ਰਾਈਮ ਐਗਜ਼ਾਮਪਲ ਵੀ ਰਿਮੈਂਬਰ ਕਿ ਤੁਸੀਂ ਯੂਸ ਟੂ ਬੀ ਅ ਬੀਚ ਦ ਹੋਮ ਤੁਸੀਂ ਹੈਵ ਬੀਨ ਮੇਨਟੇਨਿੰਗ ਸਿੰਸ ਦ ਪਾਸ ਸੋ ਮੈਨੀ ਈਅਰਸ ਕਿਉਂਕਿ ਮੇਰਾ ਸੀ ਮੇਰਾ ਖਾਣ ਪੀਣ ਦਾ ਸਟਾਈਲ ਦੇਖੋ ਕਿੰਨਾ ਇਹ ਇਹ ਮੇਰਾ ਕੱਲਾ ਮੇਰਾ ਵੀ ਕਸੂਰ ਹੈਗਾ ਨਹੀਂ ਕਸੂਰ ਤੇ ਮੇਰਾ ਹੀ ਜੇ ਜੇ ਹੁਣ ਮੇਰਾ ਭਾਰ ਵਧਿਆ ਤੇ ਮੈਨੂੰ ਕੋਈ ਜ਼ਬਰਦਸਤ ਨਹੀਂ ਖਵਾ ਮੈਨੂੰ ਤੇ ਆਪਣੇ ਆਪ ਕਰਨਾ ਪੈਣਾ ਜੇ ਮੈਂ ਕਾ ਵੀ ਮੈਂ ਭਾਰ ਘਟਾਣਾ ਤੇ ਮੈਂ ਆਪ ਇਹਨਾਂ ਫੁਲਿਆ ਫਿਰਦਾ ਗੱਲ ਨਹੀਂ ਬਣਨੀ ਕਿਉਂਕਿ ਤੁਹਾਨੂੰ ਚੇਂਜਸ ਕਰਨੀਆਂ ਪੈਣੀਆਂ ਮੇਰਾ ਇਹ ਪ੍ਰਿੰਸੀਪਲ ਮੈਂ ਚੇਂਜ ਕੀਤੀ ਹੈ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਮੈਂ ਉਦੋਂ ਖਾਣਾ ਜਿੰਨੇ ਭੁੱਖੇ ਜਦੋਂ ਲੋੜ ਹੈ ਲੋੜ ਮੈਂ ਇਹ ਨਹੀਂ ਜਾ ਕੇ ਵੀ ਕਰ ਜਾ ਕੇ ਆਣਾ ਵੀ ਅੱਜ ਬਣਾਉ ਜੀ ਇਹ ਬਣਾਇਆ ਉਹ ਨਹੀਂ ਬਣਾਇਆ ਬਾਹਰ ਜਾਈਦਾ ਕੋਈ ਪਾਰਟੀਆਂ ਆਪਾਂ ਮਿਲਦੇ ਰਹਨੇ ਆ ਪਰ ਘਰੋਂ ਖਾ ਕੇ ਜਾਈਦਾ ਥੋੜਾ ਘਟ ਘਟ ਖਾ ਲਓ ਡਰਿੰਕ ਦੀ ਜ਼ਰੂਰ ਇੱਕ ਅਦੀ ਹਾਤ ਹੈਗੀ ਪਰ ਇਨੀ ਨਹੀਂ ਵੀ ਆਪਾਂ ਆਪਣੇ ਆਪ ਨੂੰ ਲੋਡ ਕਰ ਲਿਆ ਸੋ ਇਹ ਮੈਂ ਸਮਝਦਾ ਵੀ ਪ੍ਰੈਕਟੀਕਲ ਤੇ ਗੱਲਾਂ ਆਪਾਂ ਕਰਨੀਆਂ ਪੈਣੀਆਂ ਜਿਹੜਾ ਭਾਰ ਹੈ ਜਿਹੜਾ ਸਭ ਤੋਂ ਵੱਡਾ ਸਾਡਾ ਐਨੀਮੀ ਹੈ ਜਿਹੜੀ ਐਫਲੂਐਂਸ ਹੈ ਨਾ ਉਹਨੂੰ ਆਪਣੇ ਇਨਾਂ ਆਪਣੀ ਬਾਡੀ ਨੂੰ ਅਬਿਊਜ਼ ਕੀਤਾ ਐਫੂਲੈਂਸ ਕਰਕੇ No के. doubt about it absolutely ਇੱਕ ਟਾਈਮ ਸੀ ਵੀ ਰੋਟੀ ਪਾਣੀ ਦੀ ਬੜੀ ਘਾਟ ਹੁੰਦੀ ਸੀ ਪਰ ਆਜ ওভার ਹੋਣ ওভার ਹੋ ਰਿਹਾ ਹੁਣ ਪ੍ਰੋਬਲਮ ਹੈ ਵੀ ਵੀ ਜ਼ਿਆਦਾ ਹੋ ਗਈ ਸੋ ਉਹਨੂੰ ਮੈਨੇਜ ਕਰਨਾ ਤੇ ਆਪਣੇ ਆਪ ਨੂੰ ਟੀਚ ਕਰਨਾ ਪੈਣਾ ਸੋ ਮੈਨ ਮੈਨੂੰ ਜ਼ਿਆਦਾ ਵੀ ਮੈਂ ਆਮ ਹੁੰਦਾ ਰਾਈਟ ਟ੍ਰੈਕ ਐਬਸੋਲੂਟਲੀ ਐਂਡ ਯੂ ਆਰ ਐਨ ਇਨਸਪੀਰੇਸ਼ਨ ਟੂ ਸੋ ਮਨੀ ਪੀਪਲ ਡਾਕਟਰ ਸਾਹਿਬ ਬਹੁਤ ਬਹੁਤ ਤਨਵਾ ਜਿਹੜਾ ਤੁਸੀਂ ਇਹ ਲੀਡ ਲੈਂਦੇ ਹੋ ਹਮੇਸ਼ਾ ਹਰ ਸਾਲ ਅਤੇ ਇਹ ਪ੍ਰੋਜੈਕਟ ਜਿਹੜੇ ਨੇ ਉਹਨੂੰ ਕਮਿਊਨਿਟੀ ਦੇ ਕੋਲ ਲੈ ਕੇ ਆਉਂਦੇ ਹੋ ਸਾਨੂੰ ਬੜਾ ਮਾਣ ਹੈ ਤੁਹਾਡੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਦੱਸ ਦਈਏ ਕਿ iconproject.org ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਪ ਰਜਿਸਟਰ ਹੋ ਸਕਦੇ ਹੋ ਕਿਉਂਕਿ 26 ਅਤੇ 27 ਮਾਰਚ ਨੂੰ 2 ਤੋਂ ਲੈ ਕੇ 4 ਵਜੇ ਪੈਸੀਫਿਕ ਸੈਨਟਾਈਮ ਦੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਸਟ੍ਰੋਕ ਸੰਬੰਧੀ ਐਕਸਪਰਟਸ ਤੁਹਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਸਾਹਿਬ ਨੇ ਬਹੁਤ ਸਾਰੇ ਇਸ਼ੂਸ ਨੂੰ ਟੱਚ ਕੀਤਾ ਲੇਕਿਨ ਇਹ ਦੋ ਦਿਨ ਜਿਹੜਾ ਹੈਗਾ ਵਿਸਥਾਰ ਵਿੱਚ ਤੁਹਾਡੇ ਨਾਲ ਗੱਲਬਾਤ ਹੋਏਗੀ ਸੋ ਜ਼ਰੂਰ ਜੁਆਇਨ ਕਰਨਾ ਅਤੇ ਇੱਥੇ ਹੀ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਫਰਡੇ ਸ਼ਾਮ ਦੇ 6 ਵਜੇ ਸਪੈਸਿਫਿਕ ਸੈਨ ਟਾਈਮ ਦੇ ਮੁਤਾਬਿਕ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰੋ ਐਨੀਵਰ ਇਨ ਦ ਵਰਲਡ ਯੂ ਕੈਨ ਕੰਟੈਕਟ ਮੀ ਥਰੂ WhatsApp 604603755 ਜਾਂ ਫਿਰ ਈਮੇਲ ਕਰੋ harpreetsinghshaw@gmail.com ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਹੈਵ ਅ ਸੇਫ ਈਵਨਿੰਗ ਸਟੇ ਹੈਲਦੀ ਐਂਡ ਇੰਜੋਏ ਯਰ ਸੋਅਰ ਜੀ ਕਿਸੇ बिजनेसमੈਨ ਨੂੰ ਕੋਈ ਪਿਆਰ ਕਰਦਾ ਤਾਂ ਕੀ ਵਜ੍ਹਾ ਹੋ ਸਕਦੀ ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ ਇੰਟੈਲੀਜੈਂਸ ਦਾ ਉਦਾਹਰਣ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ ਜਿੱਥੇ ਤੁਹਾਡੇ ਲੋਡ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ ਸਪੇਸ ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਸੁਖੀ ਬਾਟ ਟਰੱਕ ਸੈਂਟਰ ਇੰਨਾ ਟਰੱਕਾਂ ਨਾਲ ਹੀ ਹੈਟ ਔਰ The wait is finally over. Shen Yun returns to the stage with an all-new production filled with beauty, majesty, and a powerful message of hope. Discover the lost culture of ancient China. Discover this season, Shen Yun 2022, coming to Queen Elizabeth Theater, March 22nd through the 27th. Tickets at shenyun.com. एनकासा टाइल एंड स्टोन शोरूम एक ऐसी थां है जिथे ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੈਕਸ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼, ਪੋਰਸਲੇਨ, ਯਾ ਸੈਰਾਮਿਕ ਟਾਈਲਸ ਯਾ ਮਾਰਬਲ ਸਪੈਸ਼ਲ ਆਰਡਰ ਤੇ ਯਾ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304284 ਐਵੇਨਿਊ ਸਰੀ। ਪੰਜਾਬੀ-ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ। 6043307363 <laughs>